ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਮੂਹ ਸਰੋਤੇ ਪਹਿਲਾਂ ਹੀ ਜਾਣੂ ਹਨ ਕਿ ਅਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵੱਲੋਂ ਅਲੱਗ ਅਲੱਗ ਵਿਸ਼ਿਆਂ ਦੇ ਉੱਪਰ ਵਿਚਾਰ ਚਰਚਾ ਕਰਕੇ ਅਤੇ ਆਪ ਜੀ ਦੇ ਸਨਮੁਖ ਕਰਦੇ ਹਾਂ ਤਾਂ ਕਿ ਗੁਰਬਾਣੀ ਦਾ ਜੋ ਸਿਧਾਂਤ ਹੈ, ਇਤਿਹਾਸ ਹੈ ਅਤੇ ਸਮਾਜ ਦੇ ਅੰਦਰ ਜਿਹੜੀਆਂ ਬੁਰਾਈਆਂ ਨੇ ਉਹਦੇ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ ਜਾ ਸਕੇ। ਸੋ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵੱਲੋਂ ਜਿੱਥੇ ਹੋਰ ਅਨੇਕਾਂ ਪ੍ਰੋਜੈਕਟ ਚਲਾਏ ਜਾ ਰਹੇ ਨੇ, ਅਨੇਕਾਂ ਤਰੀਕਿਆਂ ਦੇ ਨਾਲ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਗੁਰਮਤਿ ਦਾ। ਇੱਕ ਵਿਸ਼ੇਸ਼ ਤੌਰ 'ਤੇ ਹਰ ਸਾਲ ਇੱਕ ਉੱਦਮ ਕੀਤਾ ਜਾਂਦਾ ਹੈ ਗੁਰਮਤਿ ਕੈਂਪ। ਸੋ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਗੁਰਮਤਿ ਕੈਂਪ, ਇਹਨਾਂ ਦੀ ਜ਼ਰੂਰਤ ਕਿਉਂ ਹੈ ਅਤੇ ਇਹ ਕਦੋਂ ਲਗਾਏ ਜਾਂਦੇ ਨੇ, ਇਹਦੇ ਵਿੱਚੋਂ ਪ੍ਰਾਪਤੀ ਕੀ ਹੁੰਦੀ ਹੈ, ਸਾਡਾ ਮਕਸਦ ਕੀ ਹੈਗਾ ਇਹਨਾਂ ਕੈਂਪਾਂ ਦੇ ਦੌਰਾਨ ਇਹਨਾਂ ਕੈਂਪਾਂ ਨੂੰ ਆਯੋਜਿਤ ਕਰਨ ਦਾ। ਸੋ ਅੱਜ ਦੀ ਜਿਹੜੀ ਵਿਚਾਰ ਹੈ ਉਹ ਸਾਰੀ ਇਸ ਕੈਂਪਾਂ ਦੇ ਰੂਪਰੇਖਾ ਜਿਹੜੀ ਹੈ ਉਹਦੇ ਦੁਆਲੇ ਘੁੰਮੇਗੀ। ਸੋ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਮੇਰੇ ਕਾਰਜੋਗ ਵੀਰ ਬ੍ਰਹਮਜੀਤ ਸਿੰਘ ਜੀ ਸਰਹਾਲੀ ਅਤੇ ਮੇਰੇ ਵੱਡੇ ਵੀਰ ਭਾਈ ਸੁਖਵਿੰਦਰ ਸਿੰਘ ਜੀ ਦਦੇਰ ਅਤੇ ਮੇਰੇ ਸੱਜੇ ਹੱਥ ਬਿਲਕੁਲ ਬੈਠੇ ਹਨ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਵੀਰ ਨਛੱਤਰ ਸਿੰਘ ਜੀ। ਸੋ ਅੱਜ ਦੇ ਇਸ ਵਿਚਾਰ ਚਰਚਾ ਦੇ ਵਿੱਚ ਸਭ ਤੋਂ ਜਿਹੜਾ ਮੁੱਢਲਾ ਸਵਾਲ ਬਣਦਾ ਹੈ ਕਿ ਜੇ ਹਰ ਸਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਇਹ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਖਾਸ ਕਰਕੇ ਪਿੰਡਾਂ ਵਿੱਚ ਸਕੂਲ ਕਾਲਜਾਂ ਦੇ ਵਿੱਚ ਜਾ ਕੇ, ਤਾਂ ਇਹਨਾਂ ਦਾ ਮਕਸਦ ਕੀ ਹੈਗਾ, ਇਹਨਾਂ ਦੀ ਜ਼ਰੂਰਤ ਕਿਉਂ ਹੈ, ਇਹ ਕੈਂਪ ਕਿਉਂ ਲਗਾਏ ਜਾ ਰਹੇ ਨੇ। ਸੋ ਇਹ ਜਿਹੜਾ ਮੁੱਢਲਾ ਸਵਾਲ ਹੈ ਇਹ ਮੈਂ ਵੀਰ ਬ੍ਰਹਮਜੀਤ ਸਿੰਘ ਜੀ ਅੱਗੇ ਰੱਖਦਾ ਹਾਂ ਕਿ ਇਹ ਸਰੋਤਿਆਂ ਨੂੰ ਜਾਣੂ ਕਰਾਉਣ ਕਿ ਇਹਨਾਂ ਗੁਰਮਤਿ ਟ੍ਰੇਨਿੰਗ ਕੈਂਪ, ਸਿਖਲਾਈ ਕੈਂਪ ਨੇ ਜਿਹੜੇ, ਇਹਨਾਂ ਦੀ ਜ਼ਰੂਰਤ ਕਿਉਂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਜਿਉਣ ਦੀ ਸਿੱਖਿਆ ਸਾਨੂੰ ਦਿੱਤੀ। ਇਸ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਨਾਂ ਨੇ ਵਕਤ ਵਕਤ ਸਿਰ ਪ੍ਰਚਾਰ ਫੇਰੀਆਂ ਦੇ ਉੱਤੇ ਆਪਣੇ ਜੀਵਨ ਦਾ ਇੱਕ ਲੰਮਾ ਸਮਾਂ ਜਿਹੜਾ ਸੀ ਉਹ ਲਗਾਇਆ। ਜਿੱਥੇ ਗੁਰਬਾਣੀ ਅੰਦਰ ਬਾਕੀ ਧਨ ਦੌਲਤ ਦੀ ਗੱਲ ਆਉਂਦੀ ਹੈ, ਜਿਵੇਂ ਇੱਕ ਪਿਓ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਅੱਗੇ ਸੌਂਪਦਾ ਹੈ ਵਿਰਾਸਤ ਵਜੋਂ, ਉਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਖੁਆਹਿਸ਼, ਇੱਕ ਆਸ ਰੱਖੀ ਸੀ, ਜਿਸ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਸ ਵਾਸਤੇ ਸਭ ਤੋਂ ਕੀਮਤੀ ਖਜ਼ਾਨਾ ਜਿਹੜਾ ਸੀ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਲਿਖਿਆ ਕਿ ਉਹ ਦਾਦੇ ਦਾ ਖੋਹ ਲਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨ, ਬੜੀ ਜ਼ਰੂਰਤ ਸੀ ਕਿ ਇਸ ਗੁਰਬਾਣੀ ਦੇ ਖਜ਼ਾਨੇ ਨੂੰ ਲਗਾਤਾਰ ਅੱਗੇ ਤੋਰਿਆ ਜਾਂਦਾ ਅਤੇ ਸਿੱਖ ਦੇ ਜੀਵਨ ਦਾ ਆਧਾਰ ਹਮੇਸ਼ਾ ਇਹ ਗੁਰਬਾਣੀ ਰਹਿੰਦੀ। ਪਰ ਜੇਕਰ ਅਸੀਂ ਅਜੋਕੇ ਸਮਾਜ ਦੇ ਵਿੱਚ ਧਿਆਨ ਮਾਰ ਕੇ ਵੇਖੀਏ ਤਾਂ ਗੁਰਬਾਣੀ ਸਾਡੇ ਜੀਵਨ ਦਾ ਬੇਸ ਨਹੀਂ ਰਹਿ ਗਿਆ, ਸਾਡਾ ਸਮਾਜ ਗੁਰਬਾਣੀ ਨਾਲੋਂ ਬਹੁਤੀਆਂ ਥਾਵਾਂ ਤੋਂ ਟੁੱਟਿਆ ਹੋਇਆ, ਸਵਾਰਥੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਸੇ ਕਰਕੇ ਗੁਰਬਾਣੀ ਤੋਂ ਟੁੱਟਣ ਕਰਕੇ ਸਾਡੇ ਸਮਾਜ ਵਿੱਚ ਅਗਿਆਨਤਾ, ਵਹਿਮ ਭਰਮ, ਦਾਜ, ਪਦਤਪੁਣਾ, ਨਸ਼ੇ, ਅਨੇਕਾਂ ਅਲਾਮਤਾਂ ਜਿਹੜੀਆਂ ਨੇ ਉਹ ਸਾਡੇ ਸਮਾਜ ਨੂੰ ਪੂਰਨ ਤੌਰ 'ਤੇ ਜਕੜ ਚੁੱਕੀਆਂ ਨੇ। ਇੱਕ ਹੋਰ ਗੱਲ ਵੀ ਵੇਖਣ ਦੇ ਵਿੱਚ ਆਉਂਦੀ ਹੈ ਕਿ ਸਾਡੇ ਸਮਾਜ ਵਿੱਚ ਗੁਰਬਾਣੀ ਸੁਣਨ ਵਾਸਤੇ ਜਿਹੜਾ ਤਬਕਾ ਗੁਰਦੁਆਰੇ ਆ ਰਿਹਾ, ਕਿਉਂਕਿ ਪ੍ਰਚਾਰ ਗੁਰਬਾਣੀ ਤਾਂ ਗੁਰਦੁਆਰਿਆਂ 'ਚ ਹੋ ਰਿਹਾ, ਜਿਹੜਾ ਤਬਕਾ ਗੁਰਦੁਆਰੇ ਆ ਰਿਹਾ ਉਹ ਜ਼ਿਆਦਾ ਬਜ਼ੁਰਗਾਂ ਦਾ ਹੈ, ਵੱਡੀ ਉਮਰ ਵਾਲੇ ਜਿਹੜੇ ਵਿਅਕਤੀ ਨੇ ਉਹ ਗੁਰਦੁਆਰੇ ਆ ਰਹੇ ਨੇ, ਨੌਜਵਾਨ ਦੀ ਗੁਰਬਾਣੀ ਨੂੰ ਸਮਝਣ ਵਿੱਚ ਜਾਂ ਗੁਰਬਾਣੀ ਨੂੰ ਜੀਵਨ ਦੇ ਵਿੱਚ ਵਰਤਣ ਦੀ ਰੁਚੀ ਜਿਹੜੀ ਹੈ ਉਹ ਪੂਰੇ ਤੌਰ 'ਤੇ ਖਤਮ ਹੋ ਗਈ ਹੈ। ਇਹੀ ਕਾਰਨ ਹੈ ਜਿਨ੍ਹਾਂ ਅਲਾਮਤਾਂ ਜਾਂ ਜਿਨ੍ਹਾਂ ਮੁਸ਼ਕਲਾਂ ਦਾ ਅਸੀਂ ਜ਼ਿਕਰ ਕੀਤਾ, ਨਸ਼ਾ ਹੋ ਗਿਆ, ਪਦਤਪੁਣਾ ਹੋ ਗਿਆ ਜਾਂ ਸ਼ਰਾਬ ਨੋਸ਼ੀ ਅਤੇ ਆਦਿ ਹੋਰ ਜਿਹੜੀਆਂ ਜ਼ਿਆਦਾ ਭੈੜੀਆਂ ਆਦਤਾਂ ਨੇ ਉਹ ਸਾਡੇ ਨੌਜਵਾਨਾਂ ਦੇ ਵਿੱਚ ਨੇ।
ਜੇ ਨੌਜਵਾਨਾਂ ਨੂੰ ਅਸੀਂ ਅੱਜ ਪ੍ਰੇਰਨਾ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਗੁਰਬਾਣੀ ਵਾਲੇ ਪਾਸੇ ਆਓ, ਤੇ ਮੁਸ਼ਕਲ ਇਹ ਹੈ ਵੀ ਉਹਨਾਂ ਕੋਲ ਇੱਕ ਸਿੱਧਾ ਸਾਦਾ ਇਹ ਬਹਾਨਾ ਹੈਗਾ, ਸਾਡੇ ਕੋਲ ਟਾਈਮ ਨਹੀਂ। ਸਵੇਰੇ ਸ਼ਾਮ ਪੜ੍ਹਾਈ ਦਾ ਬੋਝ ਇੰਨਾ, ਇੱਕ ਆਮ ਐਵਰੇਜ ਬੱਚਾ ਹਿੰਦੁਸਤਾਨ ਦੇ ਵਿੱਚ ਜਦੋਂ ਪੜ੍ਹਾਈ ਸ਼ੁਰੂ ਕਰਦਾ ਹੈ ਤੇ ਉਹਦੀ ਉਮਰ 2.5 ਸਾਲ ਹੈ, 2.5 ਸਾਲ ਤੋਂ ਫਿਰ ਕਿਤਾਬਾਂ ਦਾ ਬੋਝ, ਟ੍ਰੈਡੀਸ਼ਨਲ ਪੜ੍ਹਾਈ ਜਿਹੜੀ ਚੱਲਦੀ ਆ ਰਹੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਕੂਲੇ ਹੈ, ਉਸ ਤੋਂ ਬਾਅਦ ਟਿਊਸ਼ਨਾਂ ਦੇ ਉੱਤੇ ਹੈ, ਫਿਰ ਪੇਪਰ ਉਹਦੇ ਹੈਗੇ ਨੇ, ਇਤਨੇ ਪ੍ਰਕਾਰ ਦੇ ਟੈਸਟ ਉਹਦੇ ਹੈਗੇ ਨੇ, ਇੱਥੋਂ ਤੱਕ ਕਿ ਦਾਖਲ ਕਰਾਉਣ ਵਾਸਤੇ ਵੀ ਮਾਂ ਪਿਓ ਤੱਕ ਟੈਸਟ ਲਏ ਜਾ ਰਹੇ ਨੇ। ਇਸ ਸਾਰੇ ਰੁਝੇਵੇਂ ਦੇ ਵਿੱਚ ਬੱਚੇ ਸਮਾਂ ਨਹੀਂ ਕੱਢ ਪਾਉਂਦੇ ਗੁਰਬਾਣੀ ਨਾਲ ਜੁੜਨ ਦਾ। ਇੱਕ ਸਿਸਟਮ ਸਾਡਾ ਸੋਸ਼ਲ ਸਮਾਜ ਇਹੋ ਜਿਹਾ ਬਣ ਗਿਆ ਵਾ ਵੀ ਜਿਹਦੇ ਵਿੱਚ ਗੁਰਬਾਣੀ ਨਾਲ ਜੁੜਨਾ ਬੱਚਿਆਂ ਨੂੰ ਬਹੁਤ ਔਖਾ ਹੈ। ਇੱਕ ਮੇਰਾ ਖਿਆਲ ਕਾਰਨ ਜਿੱਥੇ ਇਹ ਸਾਰੀਆਂ ਮੁਸ਼ਕਲਾਂ ਪੜ੍ਹਾਈ ਦੀਆਂ ਜਾਂ ਹੋਰ ਸਾਰਾ ਕੁਛ ਸਾਹਮਣੇ ਹੈਗਾ ਆ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹਦੇ ਨਾਲ ਨਾਲ ਜੇ ਧਿਆਨ ਨਾਲ ਹੋਰ ਦੇਖੀਏ ਤਾਂ ਜਿਹੜਾ ਧਾਰਮਿਕ ਸਿਸਟਮ ਇਸ ਵੇਲੇ ਬਣਿਆ ਹੋਇਆ ਆ ਜਾਂ ਜਿਹੜਾ ਸਾਡਾ ਇੱਕ ਪਰੰਪਰਾਵਾਦਿਕ ਮਸਲਾ ਜਿਹੜਾ ਵਾ ਗੁਰਦੁਆਰਿਆਂ ਦਾ ਜਾਂ ਬਾਬਿਆਂ ਦਾ ਜਾਂ ਕਥਾਵਾਚਕਾਂ ਦਾ ਢਾਡੀਆਂ ਕੁਈਸ਼ਰਾਂ ਦਾ ਗ੍ਰੰਥੀਆਂ ਦਾ ਜਿਸ ਤਰ੍ਹਾਂ ਦਾ ਰਹਿਣ ਸਹਿਣ ਜਾਂ ਪੇਸ਼ਕਾਰੀ ਹੈਗੀ ਆ, ਬਹੁਤੇ ਸਾਡੇ ਨੌਜਵਾਨ ਜਿਹੜੇ ਬੱਚੇ ਬੱਚੀਆਂ ਨੇ ਉਹ ਇਸ ਗੱਲ ਤੋਂ ਵੀ ਪਰੇਸ਼ਾਨ ਨੇ ਅਤੇ ਇਸ ਕਰਕੇ ਵੀ ਉਹ ਗੁਰਦੁਆਰੇ ਦੇ ਵਿੱਚ ਆਉਣਾ ਪਸੰਦ ਨਹੀਂ ਕਰਦੇ, ਇਸ ਗੱਲ ਨੂੰ ਸੁਣਨਾ ਜਾਂ ਸਮਝਣਾ ਪਸੰਦ ਨਹੀਂ ਕਰਦੇ ਕਿ ਜੋ ਕੁਝ ਇਹ ਪੇਸ਼ਕਾਰੀ ਹੋ ਰਹੀ ਆ ਉਹ ਬਹੁਤਾ ਗੈਰ ਕੁਦਰਤੀ ਆ। ਇਹ ਹਾਂ ਇਸ ਨੂੰ ਅਸੀਂ ਸੌਖਾ ਇਉਂ ਕਰ ਲਈਏ ਵੀ ਜੋ ਸਾਡੇ ਪ੍ਰਚਾਰ ਦਾ ਢੰਗ ਤਰੀਕਾ ਅੱਜ ਹੈ ਉਹ ਨੌਜਵਾਨਾਂ ਨੂੰ ਖਿੱਚਦਾ ਨਹੀਂ ਹੈ, ਉਹਨਾਂ ਨੂੰ ਮਿਲਦਾ ਕੁਛ ਨਹੀਂ, ਕਿਉਂਕਿ ਹਾਂ ਅਸੀਂ ਇਹ ਪੁਆਇੰਟ ਵਿੱਚ ਰੱਖ ਸਕਦੇ ਹਾਂ, ਦੇਖੋ ਬੱਚੇ ਖੇਡਣ ਵਾਸਤੇ ਸਮਾਂ ਕੱਢ ਰਹੇ ਨੇ, ਅਸੀਂ ਗੱਲ ਨਹੀਂ ਹੈਗੀ ਅੱਜ, ਮਤਲਬ ਇਹ ਇੱਕ ਬਿਲਕੁਲ ਵੈਲਿਡ ਪੁਆਇੰਟ ਆ, ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਸਾਡਾ ਪ੍ਰਚਾਰ ਦਾ ਤਰੀਕਾ ਜਾਂ ਜੋ ਸੰਪਰਦਾਇਕ ਪ੍ਰਣਾਲੀ ਚੱਲੀ ਆ ਰਹੀ ਹੈ ਪ੍ਰਚਾਰ ਦੀ, ਉਹ ਕੁਝ ਐਸੀ ਹੈ ਜਿਸ ਦੇ ਵਿੱਚ ਹਰੇਕ ਵਰਗ ਵਾਸਤੇ ਸਭ ਕੁਛ ਨਹੀਂ ਹੈ, ਉਹ ਬੱਚਿਆਂ ਨੂੰ ਕੁਛ ਵੀ ਨੌਜਵਾਨਾਂ ਵਾਸਤੇ ਕੁਛ ਵੀ ਨਹੀਂ ਹੈ। ਉੱਥੇ ਤਕਰੀਬਨ ਜਿਹੜੇ ਸਦੀਆਂ ਤੋਂ ਬੰਦੇ ਚੱਲੇ ਆ ਰਹੇ ਨੇ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਬਜ਼ੁਰਗ, ਤੁਸੀਂ ਦੇਖੋ ਮੈਂਟਲ ਸੈਟਅਪ ਕਿਹੋ ਜਿਹਾ, ਮਾਨਸਿਕ ਸੋਚ ਕਿਹੋ ਜਿਹੀ ਹੈ, ਵੀ ਅਜੇ ਤਾਂ ਖਾਣ ਪੀਣ ਦੀ ਉਮਰ ਹੈ, ਬੁੱਧੇ ਹੋਵਾਂਗੇ ਤਾਂ ਫਿਰ ਅਸੀਂ ਗੁਰਦੁਆਰੇ ਜਾ ਕੇ ਬੈਠਾਂਗੇ, ਕਿਉਂਕਿ ਨੌਜਵਾਨਾਂ ਨੂੰ ਕੁਛ ਮਿਲ ਨਹੀਂ ਰਿਹਾ, ਇਸ ਕਰਕੇ ਨੌਜਵਾਨ ਆਉਣ ਨੂੰ ਨਹੀਂ ਤਿਆਰ ਨੇ। ਅਸੀਂ ਜਦੋਂ ਇਹ ਕੈਂਪ ਉਲੀਕਣ ਦਾ ਯਤਨ ਕੀਤਾ ਤਕਰੀਬਨ ਪਿਛਲੇ 9-10 ਸਾਲ ਤੋਂ ਅਸੀਂ ਇਸ ਕੈਂਪਾਂ ਨੂੰ ਲਗਾਤਾਰ ਚਲਾਉਂਦੇ ਆ ਰਹੇ ਗਰਮੀਆਂ ਦੀ ਛੁੱਟੀਆਂ 'ਚ, ਸਾਡਾ ਵੱਧ ਤੋਂ ਵੱਧ ਯਤਨ ਇਹ ਸੀ ਕਿ ਚਲੋ ਜੇ ਅਸੀਂ 3-4 ਦਿਨ ਦਾ ਇੱਕ ਕੈਂਪ ਰੱਖਦੇ ਹਾਂ, ਖਾਸ ਤੌਰ 'ਤੇ ਬੱਚਿਆਂ ਦੀਆਂ ਸਮਰ ਵਕੇਸ਼ਨ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ, ਉਸ ਸਮੇਂ ਬੱਚਿਆਂ ਕੋਲ ਸਮਾਂ ਵੀ ਹੁੰਦਾ, ਇੱਕ ਗਰਮੀਆਂ ਦੇ ਵਿੱਚ ਬੱਚੇ ਪੇਪਰਾਂ ਤੋਂ ਵਿਹਲੇ ਹੋ ਜਾਂਦੇ ਨੇ, ਸੋ ਸਾਨੂੰ ਇਹ ਹੁੰਦਾ ਵੀ ਜੇ ਛੁੱਟੀਆਂ ਦੇ ਵਿੱਚ 3-4 ਦਿਨ ਪਰੰਪਰਾਗਤ ਪ੍ਰਣਾਲੀ ਤੋਂ ਹਟ ਕੇ ਜੇ ਬੱਚਿਆਂ ਨੂੰ ਕਲਾਸਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਕੁਝ ਸਮਝਾਇਆ ਜਾਵੇ। ਹੁਣ ਦੇਖੋ ਕਥਾ ਵਾਚਕ ਕਥਾ ਕਰ ਰਿਹਾ ਵਾ, ਜੇ ਕਿਸੇ ਦੇ ਮਨ ਅੰਦਰ ਕੋਈ ਸਵਾਲ ਹੈ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਨੌਜਵਾਨ ਹੈ ਉਹ ਸਵਾਲ ਕਰਦਾ, ਸਵਾਲ ਕੀ ਸਾਡੇ ਗੁਰਦੁਆਰੇ 'ਚ ਕੋਈ ਐਸੀ ਪ੍ਰਣਾਲੀ ਹੈ ਜੋ ਉਸ ਬੱਚੇ ਨੂੰ ਪ੍ਰੇਰਨਾ ਕਰੇ ਜਾਂ ਉਸਦੇ ਮਨ ਦੇ ਸ਼ੰਕਿਆਂ ਦੇ ਉੱਤਰ ਦੇਵੇ? ਬੜਾ ਵੱਡਾ ਅਪਰਾਧ ਹੈ ਜੀ, ਗੁਰਦੁਆਰੇ ਸਵਾਲ ਕਰਨਾ ਤਾਂ ਬਹੁਤ ਵੱਡਾ ਇੱਕ ਅਪਰਾਧ ਹੈ। ਉਹ ਕਹਿੰਦੇ ਕਿ ਨੇ ਵੀ ਜੇ ਮਨ ਦਾ ਸ਼ੰਕਾ ਆ ਗਿਆ ਇਹਦਾ ਸ਼ੰਕਾਵਾਦੀ ਹੋ ਗਿਆ, ਸ਼ੰਕਾ ਆਉਣਾ ਮਾੜੀ ਗੱਲ ਨਹੀਂ ਹੈ, ਮਾੜੀ ਗੱਲ ਇਹ ਹੈ ਵੀ ਸ਼ੰਕਾ ਆਏ ਤਾਂ ਨਿਵਰਤ ਵੀ ਨਾ ਹੋਵੇ, ਕਿਉਂਕਿ ਤੁਸੀਂ ਸ਼ੰਕਾ ਆਉਣ ਤੋਂ ਨਹੀਂ ਰੋਕ ਸਕਦੇ, ਉਹ ਤੇ ਤੁਸੀਂ ਨਾ ਕਰੋਗੇ ਤਾਂ ਕੁਛ ਨਾ ਕਿਸੇ ਤਰੀਕੇ ਨਾਲ ਉਹਦੇ ਗੱਲ 'ਚ ਵਿਚਾਰ ਕਦੇ ਨਾ ਕਦੇ ਆ ਹੀ ਜਾਣਾ। ਸੋ ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ, ਸਾਡਾ ਯਤਨ ਸਿਰਫ ਇਹ ਹੁੰਦਾ ਹੈ ਕਿ ਜਿਹੜਾ ਬੰਧਨ ਬੱਚਿਆਂ ਨੂੰ ਗੁਰਦੁਆਰੇ 'ਚ ਮਹਿਸੂਸ ਹੁੰਦਾ ਵਾ, ਉੱਥੇ ਇੱਕ ਸਲੀਕੇ ਨਾਲ ਬੈਠਣ ਦਾ ਵੀ, ਮਰਿਆਦਾ ਦਾ ਵੀ, ਬਥੇਰਾ ਕੁਛ ਇਹੋ ਜਿਹਾ ਹੈਗਾ ਵਾ ਜਿਹੜਾ ਬੱਚੇ ਪਸੰਦ ਨਹੀਂ ਕਰਦੇ, ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਖਾਸ ਤੌਰ ਦੇ ਉੱਤੇ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਆਪਸੀ ਗੱਲਬਾਤ ਦੇ ਦੁਆਰਾ ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਕਰੀਏ ਕਿ ਗੁਰਬਾਣੀ, ਗੁਰੂ ਨਾਨਕ ਸਾਹਿਬ ਨੇ ਜੋ ਕੀਮਤੀ ਖਜ਼ਾਨਾ ਤੁਹਾਨੂੰ ਦਿੱਤਾ ਉਹ ਕੀ ਸੀ, ਉਹ ਸਾਡੇ ਸਮਾਜ ਵਾਸਤੇ, ਸਾਡੇ ਜੀਵਨ ਦੇ ਸਿਰਫ ਇਹ ਧਾਰਮਿਕ ਪੱਖ ਹੀ ਨਹੀਂ, ਸਾਡਾ ਆਰਥਿਕ ਪੱਖ, ਸਾਡਾ ਸਮਾਜਿਕ ਪੱਖ, ਸਾਡੇ ਪਰਿਵਾਰਕ ਸੰਬੰਧ,
ਇੰਨੇ ਚੀਜ਼ਾਂ ਦੇ ਨਾਲ ਗੁਰਬਾਣੀ ਸੰਬੰਧ ਰੱਖਦੀ ਹੈ ਵੀ ਇਸ ਨੂੰ ਅਖਤਿਆਰ ਕਰਨਾ, ਇਸ ਨੂੰ ਅਪਣਾਉਣਾ ਸਾਡੇ ਵਾਸਤੇ ਸਰਵ ਪੱਖੀ ਲਾਭਦਾਇਕ। ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬੱਚਿਆਂ ਦੇ ਲੈਵਲ ਦੀ ਜਾਂ ਨੌਜਵਾਨਾਂ ਦੇ ਲੈਵਲ ਦੀ ਉਹਨਾਂ ਦੇ ਪੱਧਰ ਦੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਨਹੀਂ ਹੋ ਰਹੀ, ਉਹੋ ਜਿਹਾ ਉਹਨਾਂ ਨੂੰ ਮਾਹੌਲ ਨਹੀਂ ਮਿਲ ਰਿਹਾ। ਇਸ ਤਰ੍ਹਾਂ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਜ਼ਰੂਰ, ਪਰ ਬੱਚਿਆਂ ਦੇ ਨੌਜਵਾਨਾਂ ਦੇ ਜਿਹੜੇ ਪ੍ਰੋਗਰਾਮ ਨੇ ਬਹੁਤ ਘੱਟ ਹੋ ਰਹੇ ਨੇ। ਤਾਂ ਕੈਂਪਾਂ ਦੀ ਲੋੜ ਵੀ ਮੈਂ ਇਸੇ ਤਰ੍ਹਾਂ ਸਮਝਦਾ ਕਿ ਉੱਥੇ ਜ਼ਿਆਦਾਤਰ ਪੈਂਦੀ ਹੈ ਜਦੋਂ ਬਹੁਤ ਜ਼ਿਆਦਾ ਬਿਮਾਰੀ ਵੱਧ ਜਾਏ, ਭਾਵੇਂ ਕਿ ਹਸਪਤਾਲ ਡਾਕਟਰ ਹਰ ਥਾਂ ਆਉਂਦੇ ਨੇ, ਪਰ ਜਦੋਂ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਏ ਤਾਂ ਸਪੈਸ਼ਲ ਤੌਰ 'ਤੇ ਉੱਥੇ ਕੈਂਪ ਆਯੋਜਿਤ ਕੀਤੇ ਜਾਂਦੇ ਨੇ, ਭਾਵੇਂ ਅੱਖਾਂ ਦੀਆਂ ਬਿਮਾਰੀਆਂ ਹੋਣ, ਭਾਵੇਂ ਕੈਂਸਰ ਦੀਆਂ ਹੋਣ, ਤਾਂ ਉੱਥੇ ਜਾ ਕੇ ਸਪੈਸ਼ਲ ਜਿਹੜੇ ਕੈਂਪ ਲਗਾਏ ਜਾਂਦੇ ਨੇ। ਠੀਕ ਇਸੇ ਤਰ੍ਹਾਂ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਕਿ ਜਿਹੜਾ ਪੰਥਪੁਣਾ ਨਸ਼ਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਹੋਇਆ, ਤਾਂ ਇਸ ਤੋਂ ਬਚਾਅ ਵਾਸਤੇ ਇਹ ਜਿਹੜੇ ਕੈਂਪ ਨੇ ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਬਣ ਚੁੱਕੇ ਨੇ। ਸੋ ਮੈਂ ਵੀਰ ਨਛੱਤਰ ਸਿੰਘ ਜੀ ਦੇ ਕੋਲੋਂ ਇਹ ਮੈਂ ਜਾਣਨਾ ਚਾਹਾਂਗਾ ਤਾਂ ਕਿ ਸਰੋਤੇ ਜਾਣ ਸਕਣ ਕਿ ਇਹ ਜਿਹੜੇ ਕੈਂਪ ਨੇ ਇਹ ਕਿੱਥੇ ਲਗਾਏ ਜਾ ਸਕਦੇ ਨੇ, ਕੀ ਗੁਰਦੁਆਰੇ ਕਾਲਜ ਜਾਂ ਕਿੱਥੇ ਲਗਾਏ ਜਾਂਦੇ ਨੇ, ਅਤੇ ਇਸ ਸਾਲ ਕਿਉਂਕਿ ਹੁਣ 2012 ਜਿਹੜਾ ਇਹਦੀਆਂ ਗਰਮੀ ਦੀਆਂ ਛੁੱਟੀਆਂ ਆਰੰਭ ਹੋਣੀਆਂ ਨੇ, ਤਾਂ ਇਹ ਕੈਂਪ ਕਦੋਂ ਆਯੋਜਿਤ ਕੀਤੇ ਜਾਣਗੇ? ਹਾਂਜੀ, ਇੱਕ ਤਾਂ ਸਕੂਲਾਂ ਦੇ ਵਿੱਚ ਕੈਂਪ ਲਗਾਏ ਜਾ ਸਕਦੇ ਜਿੱਥੇ ਪਿੰਡਾਂ ਦੇ ਵਿੱਚ ਬੱਚੇ ਸਕੂਲਾਂ ਵਿੱਚ ਇਕੱਠੇ ਹੁੰਦੇ ਨੇ ਉਹਨਾਂ ਥਾਵਾਂ 'ਤੇ। ਠੀਕ ਹੈ। ਦੂਸਰਾ ਕੈਂਪ ਲਗਾਉਣ ਦਾ ਜਿਹੜਾ ਸਮਾਂ ਆ ਉਹ ਅਸੀਂ ਹਰ ਵਾਰੀ ਮਈ ਜੂਨ ਦੋ ਮਹੀਨੇ ਜਿਹੜੇ ਆ ਪਿੰਡਾਂ 'ਚ ਰਹਿੰਦੇ ਹਾਂ ਔਰ ਉਸ ਵੇਲੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ ਨੇ। ਠੀਕ ਹੈ। ਛੁੱਟੀਆਂ ਦੌਰਾਨ ਬੱਚੇ ਜਿਹੜੇ ਨੇ ਉਹ ਕੁਛ ਥਾਵਾਂ ਤੋਂ ਫਰੀ ਹੋ ਕੇ ਘੁੰਮਣ ਫਿਰਨ ਵਿੱਚ ਜਾਂ ਵਾਂਢੇ ਜਾਣ ਵਿੱਚ ਜਾਂ ਹੋਰ, ਔਰ ਗੁਰਮਤਿ ਗਿਆਨ ਮਿਸ਼ਨੀ ਕਾਲ ਦਾ ਇੱਕ ਉਪਰਾਲਾ ਹੁੰਦਾ ਹੈ ਕਿ ਅਸੀਂ ਉਹਨਾਂ ਪਿੰਡਾਂ ਵਿੱਚ ਪਹੁੰਚ ਕੇ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਨੂੰ ਜਿੰਨੀ ਕੁ ਜਾਣਕਾਰੀ ਅਸੀਂ ਦੋ ਦੋ ਤਿੰਨ ਦਿਨ ਚਾਰ ਦਿਨਾਂ 'ਚ ਗੁਰੂ ਪਿੰਡ ਵਿੱਚ 4 ਦਿਨ ਦਾ ਕੈਂਪ ਹੁੰਦਾ, 4 ਦਿਨ ਅਸੀਂ ਉਸ ਪਿੰਡ ਵਿੱਚ ਰਹਿੰਦੇ ਹਾਂ ਔਰ 4 ਦਿਨਾਂ ਵਿੱਚ ਉਹਨਾਂ ਨਾਲ ਮੁੱਢਲੀਆਂ ਗੱਲਾਂ ਭਾਵੇਂ ਕੀਤੀਆਂ ਜਾ ਸਕਦੀਆਂ, ਪਰ ਉਹ ਜਿਹੜਾ 4 ਦਿਨਾਂ ਦੇ ਵਿੱਚ ਹੀ ਉਹਨਾਂ ਦੇ ਵਿੱਚ ਵੇਖਣ ਨੂੰ ਪਿਆਰ ਬਾਣੀ ਪ੍ਰਤੀ ਜਿਹੜਾ ਉਹ ਵਿਚਾਰ ਵਾਲਾ ਪੱਖ ਹੈ ਉਹ ਬੱਚੇ ਬੜੇ ਧਿਆਨ ਨਾਲ ਸੁਣਦੇ ਨੇ, ਸਮਝਦੇ ਨੇ ਇਸ ਗੱਲ ਨੂੰ। ਠੀਕ ਹੈ। ਤੁਸੀਂ ਜਿਵੇਂ ਦੱਸਿਆ ਕਿ ਮਈ ਜੂਨ ਦੇ ਮਹੀਨੇ ਵਿੱਚ ਕੈਂਪ ਆਯੋਜਿਤ ਕੀਤੇ ਜਾਂਦੇ ਨੇ, ਸੋ ਸਰੋਤਾ ਜਨਾਂ ਦੀ ਜਾਣਕਾਰੀ ਵੀ ਅਸੀਂ ਦੱਸਣਾ ਚਾਹਾਂਗੇ ਕਿ ਅਪ੍ਰੈਲ ਦੇ ਅਖੀਰ ਤੱਕ ਅਸੀਂ ਜਿਹੜੇ ਗੁਰਮਤਿ ਕੈਂਪ ਨੇ ਇਹ ਆਰੰਭ ਕਰ ਦਿਆਂਗੇ। ਸੋ ਮੈਂ ਵੀਰ ਸੁਖਵਿੰਦਰ ਸਿੰਘ ਜੀ, ਕਿਉਂਕਿ ਇਹ ਹਮੇਸ਼ਾ ਹੀ ਕੈਂਪਾਂ ਦੇ ਵਿੱਚ ਜਾ ਕੇ ਅਤੇ ਆਪ ਸੇਵਾ ਨਿਭਾਉਂਦੇ ਨੇ ਅਤੇ ਸਾਰੇ ਕੈਂਪ ਦੀ ਰੂਪ ਰੇਖਾ ਕੀ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਕੁਝ ਸਿਖਾਇਆ ਜਾਂਦਾ ਬੱਚਿਆਂ ਨੂੰ ਜਾਂ ਕਿੰਨਾ ਕੁ ਸਮਾਂ ਦਿੱਤਾ ਜਾ ਸਕਦਾ ਜਾਂ ਕੈਂਪ ਦੇ ਨਾਲ ਨਾਲ ਹੋਰ ਉੱਥੇ ਕੀ ਕੁਝ ਕੀਤਾ ਜਾ ਸਕਦਾ ਉਹ ਵੀਰ ਸੁਖਵਿੰਦਰ ਸਿੰਘ ਜੀ ਆਪ ਜੀ ਦੇ ਨਾਲ ਸਾਂਝਾ ਕਰਨਗੇ। ਗੁਰਮਤਿ ਕੈਂਪਾਂ ਦੇ ਵਿੱਚ ਤਕਰੀਬਨ ਮੈਂ 1997 ਤੋਂ ਲਗਾਤਾਰ ਜਾਂਦਾ ਹੈ ਜੀ। ਠੀਕ ਹੈ। ਔਰ ਜਦੋਂ ਵੀ ਇਹ ਕੈਂਪ ਲੱਗਦੇ ਆ ਇਹਨਾਂ ਕੈਂਪਾਂ ਦੇ ਲਾਉਣ ਦਾ ਮਕਸਦ ਜਿਵੇਂ ਬ੍ਰਹਮਜੀਤ ਸਿੰਘ ਹੋਰਾਂ ਨੇ ਦੱਸਿਆ ਆ ਜਾਂ ਸਮਾਂ ਜਿਹੜਾ ਤਕਰੀਬਨ ਨਿਸ਼ਚਿਤ ਕੀਤਾ ਹੋਇਆ ਮਈ ਅਤੇ ਜੂਨ ਦਾ ਮਹੀਨਾ ਉਹ ਹਰ ਸਾਲ ਵੀਰ ਜੀ ਹੋਰਾਂ ਨੇ ਦੱਸ ਦਿੱਤਾ ਆ, ਲੇਕਿਨ ਇਸ ਤੋਂ ਅੱਗੇ ਪਿੱਛੇ ਵੀ ਜਿਵੇਂ ਸਿਆਲ ਦੀਆਂ ਛੁੱਟੀਆਂ ਵਿੱਚ ਜਾਂ ਕਿਤੇ ਸਪੈਸ਼ਲ ਸਾਨੂੰ ਕੋਈ ਮੌਕਾ ਮਿਲਦਾ ਆ ਤਾਂ ਉਹਨਾਂ ਕੈਂਪਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ। ਜਿਹੜੇ ਕੈਂਪ ਲਾਏ ਜਾਂਦੇ ਆ ਉਹ ਖਾਸ ਕਰਕੇ ਸਕੂਲਾਂ ਦੇ ਵਿੱਚ ਲਾਏ ਜਾਂਦੇ ਆ। ਸਕੂਲ ਦੇ ਵਿੱਚ ਬਣਿਆ ਹੋਇਆ ਮਾਹੌਲ ਜਿਵੇਂ ਬਲੈਕ ਬੋਰਡ ਆ ਉੱਥੇ ਬੱਚਿਆਂ ਦੇ ਬਹਿਣ ਦਾ, ਉੱਥੇ ਸਕੂਲ ਦਾ ਜਿਹੜਾ ਮਾਹੌਲ ਹੈ ਪੜ੍ਹਾਈ ਦਾ ਮਾਹੌਲ ਜਿਹੜਾ ਆ ਉਹ ਉੱਥੇ ਬਣਿਆ ਹੋਣਾ ਅੱਤ ਜ਼ਰੂਰੀ ਹੈ। ਠੀਕ ਹੈ। ਫਿਰ ਉੱਥੇ ਬੱਚਿਆਂ ਦੇ ਪੀਣ ਵਾਲਾ ਪਾਣੀ ਜਾਂ ਉੱਥੇ ਜਿਹੜਾ ਮਾਹੌਲ ਆਲੇ ਦੁਆਲੇ ਗਰਾਊਂਡ ਜਾਂ ਹੋਰ ਸਾਰਾ ਕੁਛ ਹੈਗਾ ਵਿਹਲੇ ਟਾਈਮ 'ਤੇ ਬਹਿਣ ਲਾਉਣ ਦਾ ਉਹ ਸਾਰਾ ਕੁਛ ਹੁੰਦਾ। ਠੀਕ ਹੈ। ਉਹਦੇ ਨਾਲ ਨਾਲ ਮੰਨ ਲਓ ਜੇ ਸਕੂਲ ਦੀ ਸਾਨੂੰ ਕੋਈ ਮੁਸ਼ਕਲ ਪੈਂਦੀ ਵੀ ਆ
ਤਾਂ ਫਿਰ ਗੁਰਦੁਆਰੇ ਦੇ ਵਿੱਚ ਜਿਹੜੀ ਰਹਿਸ਼ ਹੈ ਜਾਂ ਨੇੜੇ ਤੇੜੇ ਕਿਤੇ ਨਾ ਕਿਤੇ ਕੋਈ ਪ੍ਰਬੰਧ ਕਰਕੇ ਜਿੱਥੇ ਵੱਖਰੀਆਂ ਵੱਖਰੀਆਂ ਕਲਾਸਾਂ ਦੀ ਜਿਹੜੀ ਰੂਪ ਰੇਖਾ ਉਹ ਬਣਾਈ ਜਾ ਸਕਦੀ ਹੈ। ਠੀਕ ਹੈ, ਜਿੱਥੇ ਤੱਕ ਉਹਦੇ ਪੜ੍ਹਾਈ ਦਾ ਸੰਬੰਧ ਆ ਕਿ ਉੱਥੇ ਪੜ੍ਹਾਇਆ ਕੀ ਜਾਂਦਾ ਆ, ਉੱਥੇ ਕੈਂਪ ਦੇ ਉੱਤੇ ਡਿਪੈਂਡ ਕਰਦਾ ਆ, ਜਾਂ ਉੱਥੇ ਆਉਣ ਵਾਲੇ ਜਿਹੜੇ ਬੱਚੇ ਆ, ਨੌਜਵਾਨ ਆ, ਉਹਨਾਂ 'ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਪਹਿਲਾਂ ਕਦੀ ਇਸ ਕੈਂਪ ਵਿੱਚ ਭਾਗ ਲਿਆ। ਠੀਕ ਹੈ, ਜੇ ਪਹਿਲੀ ਵਾਰੀ ਕੈਂਪ ਲੱਗ ਰਿਹਾ ਤਾਂ ਉੱਥੇ ਸਿੱਖੀ ਦੇ ਮੁੱਢਲੇ ਸਿਧਾਂਤ, ਕੁਝ ਛੋਟੇ ਛੋਟੇ ਗੁਰਬਾਣੀ ਦੇ ਸ਼ਬਦ, ਛੋਟੀਆਂ ਛੋਟੀਆਂ ਇਤਿਹਾਸ ਦੀਆਂ ਸਾਖੀਆਂ, ਇਤਿਹਾਸਿਕ ਇਹ ਸਾਰਾ ਕੁਝ ਸਾਂਝਾ ਕੀਤਾ ਜਾਂਦਾ। ਜੇਕਰ ਕੈਂਪ ਦੂਜੇ ਸਾਲ ਜਾਂ ਤੀਜੇ ਜਾਂ ਜਿਵੇਂ ਇਸ ਵਾਰੀ ਆਪਣੇ ਕੋਲ ਕੈਂਪ ਜਿਵੇਂ 8ਵਾਂ ਸਾਲ ਹੋ ਗਿਆ ਜਾਂ 9ਵਾਂ ਸਾਲ ਹੋ ਗਿਆ, ਉੱਥੇ ਅਸੀਂ ਲਗਾਤਾਰ ਉਸ ਗੱਲ ਨੂੰ ਧਿਆਨ ਵਿੱਚ ਰੱਖਦੇ ਹਾਂ, ਉਸ ਮੈਟਰ ਨੂੰ ਅੱਗੇ ਤੋਂ ਅੱਗੇ ਅਪਡੇਟ ਕਰਦੇ ਹਾਂ, ਅਗਲੀ ਪੜ੍ਹਾਈ ਜਿਹੜੀ ਆ ਉਹ ਅੱਗੇ ਲੈ ਕੇ ਜਾਂਦੇ ਹਾਂ, ਤਾਂ ਕਿ ਉੱਥੇ ਆਉਣ ਵਾਲੇ ਬੱਚਿਆਂ ਨੂੰ ਜਿਹੜਾ ਆ ਉਹ ਕੋਈ ਮੁਸ਼ਕਲ ਪੇਸ਼ ਨਾ ਆਵੇ। ਜੇ ਅਸੀਂ ਮੰਨ ਲਓ ਕਿ ਕਿਤੇ ਪਹਿਲੀ ਵਾਰੀ ਲਾ ਰਹੇ ਹਾਂ ਤਾਂ ਉੱਥੇ ਉਸ ਤਰੀਕੇ ਨਾਲ ਸਿਲੇਬਸ ਸੈੱਟ ਕੀਤਾ ਹੋਇਆ, ਜੇ ਅਸੀਂ 7ਵੀਂ ਜਾਂ 8ਵੀਂ ਵਾਰੀ ਲਾ ਰਹੇ ਹਾਂ ਤਾਂ ਉਹ ਸਿਲੇਬਸ ਉਸ ਤਰੀਕੇ ਨਾਲ ਸੈੱਟ ਕੀਤਾ ਹੋਇਆ। ਠੀਕ ਹੈ, ਤਾਂ ਕਿ ਬੱਚੇ ਜਿਹੜੇ ਆ ਉਹ ਅੱਗੇ ਤੋਂ ਅੱਗੇ ਚੱਲਦੇ ਜਾਣ। ਜੇ ਬੱਚਿਆਂ ਨੂੰ ਅਸੀਂ ਕੋਈ ਪੁਰਾਣੀ ਗੱਲ ਜਾਂ ਜਿਹੜੀ ਪਹਿਲੇ ਸਾਲ ਵਾਲੀ ਗੱਲ ਜਿਹੜੀ ਕਿਤੇ ਦੁਹਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਬੱਚੇ ਉਸੇ ਵਕਤ ਹੀ ਜਿਹੜੇ ਆ ਕਲਾਸ ਦੇ ਵਿੱਚੋਂ ਅੱਕ ਜਾਂਦੇ ਨੇ, ਕਹਿ ਦਿੰਦੇ ਨੇ, ਖੜੇ ਹੋ ਜਾਂਦੇ ਨੇ। ਔਰ ਜਿਹੜੀ ਕਮਾਲ ਦੀ ਗੱਲ ਵੇਖਣ ਵਾਲੀ ਹੈ ਕਿ ਇਹਨਾਂ ਕੈਂਪਾਂ ਦੇ ਦੌਰਾਨ ਬੱਚਿਆਂ 'ਚ, ਨੌਜਵਾਨਾਂ 'ਚ, ਬੱਚੀਆਂ ਦੇ ਵਿੱਚ ਉਤਸ਼ਾਹ ਬਹੁਤ ਹੈ। ਸਾਡੇ ਬੱਚੇ ਸਿੱਖਣਾ ਚਾਹੁੰਦੇ ਆ, ਗੁਰਬਾਣੀ ਦੇ ਪ੍ਰਤੀ ਕੋਈ ਅਵੇਸਲਾ ਪੜਨੀ, ਸਾਡੇ ਬੱਚੇ ਸਿੱਖੀ ਤੋਂ ਕੋਈ ਬਾਗੀ ਨਹੀਂ, ਪਰ ਮਸਲਾ ਸਿਰਫ ਇੰਨਾ ਹੀ ਹੈ ਕਿ ਸਿਖਾਉਣ ਵਾਲਾ ਕੋਈ ਨਹੀਂ। ਪਿੰਡਾਂ ਥਾਵਾਂ 'ਤੇ ਜਾਂਦਿਆਂ ਤਕਰੀਬਨ ਕਿੰਨਾ ਚਿਰ ਹੋ ਗਿਆ, ਕਦੀ ਵੇਖਿਆ ਹੀ ਨਹੀਂ, ਜਾਂ ਅਸੀਂ ਆਪ ਖੁਦ ਵੀ ਪਿੰਡਾਂ ਦੇ ਵਿੱਚੋਂ ਆਏ ਹਾਂ, ਉੱਥੇ ਕਦੀ ਇਹੋ ਜਿਹਾ ਸਿਲਸਿਲਾ ਹੀ ਨਹੀਂ ਦੇਖਿਆ ਕਿ ਕੋਈ ਸਿੱਖ ਧਰਮ ਦੇ ਸਿਖਾਉਣ ਵਾਲਾ, ਕੋਈ ਸਿੱਖ ਧਰਮ ਦੇ ਦੱਸਣ ਵਾਲਾ, ਬੱਚਿਆਂ ਦੇ ਪੱਧਰ ਦਾ ਕੋਈ ਮਸਲਾ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਬਣਦੀ। ਧਿਆਨ ਨਾਲ ਵੇਖੋ ਤਾਂ ਬਾਕੀ ਧਰਮ ਸਾਰੇ ਆਪੋ ਆਪਣੇ ਨੌਜਵਾਨਾਂ ਨੂੰ, ਬੱਚਿਆਂ ਨੂੰ ਸੰਭਾਲਣ ਵਾਸਤੇ ਆਪਣੀਆਂ ਮਸਜਿਦਾਂ ਵਿੱਚੋਂ, ਮੰਦਰਾਂ ਵਿੱਚੋਂ ਬਾਹਰ ਨਿਕਲ ਕੇ ਅਤੇ ਉਹ ਸਕੂਲਾਂ ਦੇ ਪੱਧਰ 'ਤੇ, ਸਮਾਜ ਦੇ ਵਿੱਚ ਜਾ ਕੇ ਪੂਰਾ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਪਏ। ਜਿਹੜਾ ਸਿੱਖ ਧਰਮ ਆ ਇਹ ਸਿਰਫ ਤੇ ਸਿਰਫ ਗੁਰਦੁਆਰਿਆਂ 'ਚ ਰੋੜੀ ਕੁੱਟਣ ਜੋਗਾ, ਮੱਸਿਆ ਨਹਾਉਣ ਜੋਗਾ, ਟਾਲੀਆਂ 'ਤੇ ਚੜ੍ਹਨ ਜੋਗਾ, ਨਾਅਰੇ ਚਕਾਰੇ ਲਾਉਣ ਜੋਗਾ, ਢੋਲ ਕੁੱਟਣ ਜੋਗਾ, ਇੱਥੋਂ ਤੱਕ ਅਸੀਂ ਬਣਾ ਕੇ ਰੱਖ ਲਿਆ, ਇਸ ਤੋਂ ਅਸੀਂ ਅੱਗੇ ਤੁਰਨ ਨਹੀਂ ਦਿੱਤਾ। ਇਸ ਕੈਂਪਾਂ ਦੇ ਵਿੱਚ ਮੈਂ ਹੋਰ ਪੁੱਛਣਾ ਚਾਹਾਂਗਾ, ਜਿਵੇਂ ਬੱਚੇ ਜਾਂ ਨੌਜਵਾਨਾਂ ਦੀ ਗੱਲ ਕੀਤੀ, ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਕੀ ਗਰੁੱਪ ਵਾਈਜ਼ ਏਜ ਦੇ ਹਿਸਾਬ ਨਾਲ ਕਰਦੇ ਹਾਂ ਜਾਂ ਉਹਨਾਂ ਦੇ ਮਾਨਸਿਕ ਪੱਧਰ ਦੇ ਨਾਲ ਕਰਦੇ ਹਾਂ, ਉਹਨਾਂ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ? ਉਹਦੇ 'ਚ ਭਾਜੀ ਇਸ ਤਰ੍ਹਾਂ ਹੈ ਕਿ ਜਿਵੇਂ ਬੱਚਿਆਂ ਦਾ ਵੱਖਰਾ ਵੱਖਰਾ ਸਿਲਸਿਲਾ ਹੈ, ਜਿਵੇਂ ਬੱਚੇ ਮੰਨ ਲਓ ਕਿ ਜੇ ਉੱਥੇ ਜ਼ਿਆਦਾ ਆ ਤਾਂ ਅਸੀਂ ਕਲਾਸ ਦੇ ਰੂਪ ਵਿੱਚ ਵੀ ਕਿ ਜਿਹੜੀ ਜਿਹੜੀ ਕਲਾਸ ਆ ਉਸ ਤਰੀਕੇ ਨਾਲ ਸੈੱਟ ਕਰ ਲੈਂਦੇ ਹਾਂ। ਜੇ ਬੱਚਿਆਂ ਦਾ ਲੈਵਲ ਸਾਨੂੰ ਲੱਗੇ ਕਿ ਇੱਥੇ ਰਲਵਾਂ ਮਿਲਵਾਂ ਜਾਇਆ, ਕੁਝ ਬੱਚੇ ਜਿਹੜੇ ਆ ਜਿਵੇਂ ਮੰਨ ਲਓ ਕਿ 5ਵੀਂ ਕਲਾਸ ਜਾਂ 7ਵੀਂ ਕਲਾਸ ਜਾਂ 10ਵੀਂ ਕਲਾਸ, ਮੰਨ ਲਓ ਕਿ ਕੁਝ ਬੱਚੇ ਉਹ ਨੇ ਜਿਹੜੇ ਪਹਿਲਾਂ ਤੋਂ ਕੈਂਪ ਵਿੱਚ ਆਉਂਦੇ ਆ, ਪਰ ਕੁਝ ਬੱਚੇ ਇਹੋ ਜਿਹੇ ਨੇ ਜਿਹੜੇ ਇਸ ਵਾਰੀ ਸਾਡੇ ਕੋਲ ਨਵੇਂ ਆਏ ਨੇ, ਉਹਨਾਂ ਦਾ ਪਹਿਲਿਆਂ ਬੱਚਿਆਂ ਨਾਲ 10ਵੀਂ ਦੇ ਵਿੱਚ ਇਕੱਠਿਆਂ ਬੈਠਣਾ ਜਿਹੜਾ ਉਹ ਔਖਾ ਆ, ਦੋਵਾਂ ਨੂੰ ਕਵਰ ਨਹੀਂ ਕੀਤਾ ਜਾ ਸਕਦਾ। ਉਸ ਤਰੀਕੇ ਨਾਲ ਫਿਰ ਅਸੀਂ ਉਹਦੀ ਏਜ ਜਾਂ ਫਿਰ ਉਹਨਾਂ ਦੀ ਕਲਾਸ ਦਾ ਟੈਸਟ ਲੈ ਕੇ ਉਸ ਤਰੀਕੇ ਨਾਲ ਅਸੀਂ ਵੰਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਉਹਨਾਂ ਦੇ ਲੈਵਲ ਨੂੰ ਬਰਕਰਾਰ ਰੱਖ ਕੇ ਕਲਾਸ ਜਿਹੜੀ ਆ ਉਹਦਾ ਜਿਹੜਾ ਪੜ੍ਹਾਈ ਦਾ ਸਿਲਸਿਲਾ ਆ ਉਹਦੇ ਵਿੱਚ ਵਿਘਨ ਨਾ ਪਵੇ, ਤਾਂ ਕਿ ਇਹ ਨਾ ਹੋਵੇ ਜਿਹੜੇ ਬੱਚੇ ਪਹਿਲਾਂ ਪੜ੍ਹੇ ਆ ਉਹਨਾਂ ਨੂੰ ਕੋਈ ਦਿੱਕਤ ਆਵੇ। ਜੇ ਅਸੀਂ ਜਿਹੜੇ ਨਵੇਂ ਬੱਚੇ ਆਏ ਜੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਉਹ ਪੁਰਾਣਿਆਂ ਨੂੰ ਦਿੱਕਤ ਆਉਂਦੀ ਆ, ਪੁਰਾਣਿਆਂ ਨਾਲ ਗੱਲ ਕਰਾਂਗੇ ਨਵਿਆਂ ਨੂੰ ਦਿੱਕਤ ਆਉਂਦੀ ਆ। ਇਸ ਕਰਕੇ ਉਹ ਉਸ ਤਰੀਕੇ ਨਾਲ ਹੀ ਵੰਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਤਰੀਕੇ ਨਾਲ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਸੰਭਾਲਿਆ ਜਾ ਸਕੇ। ਹੁਣ ਸਰੋਤਾ ਜਨ ਕਈ ਇਹ ਸੋਚਣਗੇ ਕਿ ਜਿਹੜਾ ਕੈਂਪ ਲੱਗਾ ਕਿ ਸ਼ਾਇਦ ਸਿਰਫ ਬੱਚਿਆਂ ਜਾਂ ਨੌਜਵਾਨਾਂ ਵਾਸਤੇ ਆ, ਕੀ ਜਿਹੜੀ ਬਾਕੀ ਸੰਗਤ ਆ
ਉਹਦੇ ਵਾਸਤੇ ਵੀ ਸਮਾਂ ਹੁੰਦਾ ਹੈ। ਬਿਲਕੁਲ ਜੀ, ਯੂਟਿਊਬ ਦੇ ਉੱਤੇ ਜਾ ਕੇ ਬਹੁਤ ਸਾਰੇ ਵੀਰ ਭੈਣਾਂ ਨੇ ਦੇਖਿਆ ਵੀ ਆ, ਔਰ ਜਿਹਨਾਂ ਨੇ ਨਹੀਂ ਦੇਖਿਆ ਉਹ ਦੇਖ ਵੀ ਸਕਦੇ ਆ। ਵੱਡਿਆਂ ਬਜ਼ੁਰਗਾਂ ਦੀਆਂ, ਮਾਤਾਵਾਂ ਦੀਆਂ, ਭੈਣਾਂ ਦੀਆਂ, ਉਹਨਾਂ ਦੀਆਂ ਕਲਾਸਾਂ ਦਾ ਵੀ ਅਸੀਂ ਪ੍ਰਬੰਧ ਕਰਦੇ ਹਾਂ ਜਿੱਥੇ ਜਿੱਥੇ ਵੀ ਕਿਤੇ ਪ੍ਰਬੰਧ ਹੋ ਸਕਦਾ ਆ। ਪਿਛਲੀਆਂ ਲੱਗਿਆ ਹੋਇਆ ਕੈਂਪਾਂ ਦੇ ਵਿੱਚ ਤਕਰੀਬਨ ਬਹੁਤਿਆਂ ਪਿੰਡਾਂ ਦੇ ਵਿੱਚ ਵੱਡੇ ਵੀਰ ਭੈਣਾਂ ਵੀ ਆ ਕੇ ਜਿਹੜੇ ਆ ਉਹ ਹਿੱਸਾ ਲੈਂਦੇ ਰਹੇ। ਇੱਕ ਇਹ ਵੀ ਨਾਲ ਹੈਗਾ ਕਿ ਸਿਰਫ ਕੈਂਪ ਹੀ ਨਹੀਂ, ਕੋਸ਼ਿਸ਼ ਹੀ ਯਤਨ ਸਾਡਾ ਇਹ ਹੁੰਦਾ ਵਾ ਕਿ ਜਿੱਥੇ ਕੈਂਪ ਲੱਗਿਆ ਵਾ ਉੱਥੇ ਸਵੇਰੇ ਸ਼ਾਮ ਦੇ ਦੀਵਾਨ ਵੀ ਲੱਗ ਦੀਵਾਨ ਲੱਗਦੇ ਜੀ। ਫਿਰ ਪਿਛਲੇ ਸਮੇਂ ਦੇ ਵਿੱਚ ਅਸੀਂ ਨਵੇਂ ਨਵੇਂ ਤਜਰਬੇ ਕਰਕੇ ਦੇਖੇ ਆ, ਜਿਹੜੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਆਉਣ ਨੂੰ ਤਿਆਰ ਜਾਂ ਕੈਂਪ ਦੇ ਵਿੱਚ ਨਹੀਂ ਆਉਣ ਨੂੰ ਤਿਆਰ, ਕਈਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਮੁਸ਼ਕਲ ਵੀ ਆ ਵੀ ਕੈਂਪ ਦਾ ਮਤਲਬ ਸ਼ਾਇਦ ਅਖਾੜਾ ਕੈਂਪ ਹੁੰਦਾ, ਕਈ ਕੈਂਪ ਦੇ ਕਈ ਭਰਮ ਭੁਲੇਖੇ ਇਸ ਤਰ੍ਹਾਂ ਦੇ। ਉਹ ਜਿਵੇਂ ਬਜ਼ੁਰਗ ਕਾਸ਼ ਖੇਡਦੇ ਆ ਬੋਰਡ ਥੱਲੇ, ਤਾਂ ਉਹਨਾਂ ਕੋਲ ਉੱਥੇ ਜਾ ਕੇ ਬੋਰਡ ਥੱਲੇ ਹੀ ਨੌਜਵਾਨਾਂ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਚੰਗਾ ਰਿਜ਼ਲਟ ਸਾਨੂੰ ਮਿਲਿਆ। ਇਸੇ ਤਰੀਕੇ ਨਾਲ ਘਰ ਘਰ ਜਾ ਕੇ ਵੀ ਇੱਕ ਟੀਮ ਬਣਾ ਕੇ ਘਰ ਘਰ ਜਾ ਕੇ ਵੀ ਜਿਹੜੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਦੀਵਾਨ ਦੀ ਗੱਲ ਵੀ ਜੀ ਨੇ ਕੀਤੀ ਆ, ਸਵੇਰੇ ਸ਼ਾਮ ਦੀਵਾਨ ਲੱਗਣਾ, ਔਰ ਤਕਰੀਬਨ ਜਿਸ ਪਿੰਡ ਵਿੱਚ ਅਸੀਂ 4 ਦਿਨ 5 ਦਿਨ ਰਹਿਣਾ ਆ ਉਸ ਪਿੰਡ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਗਤੀਵਿਧੀ ਜਿਹੜੀ ਕੈਂਪ ਦੀ ਆ ਉਹ ਜਾਰੀ ਰਹਿੰਦੀ ਆ, ਬੱਚਿਆਂ ਨਾਲ, ਵੱਡਿਆਂ ਨਾਲ, ਬਜ਼ੁਰਗਾਂ ਨਾਲ, ਜਿਸ ਤਰੀਕੇ ਨਾਲ ਵੀ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਇੱਥੇ ਗੱਲ ਕਰਨੀ ਚਾਹੀਦੀ ਆ ਉੱਥੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਨਾਂ ਹੋਰ ਵੀ ਇੱਕ ਦੋ ਯਤਨ ਜਿਹੜੇ ਨੇ ਕੈਂਪਾਂ ਦੇ ਵਿੱਚ ਕੀਤੇ ਜਾਂਦੇ ਨੇ, ਇੱਕ ਇਸ ਤਰ੍ਹਾਂ ਵੀ ਅਸੀਂ ਧਾਰਮਿਕ ਫਿਲਮ ਵਗੈਰਾ ਦਿਖਾਉਣ ਦਾ ਵੀ ਉਪਰਾਲਾ ਕਰਦੇ ਹਾਂ ਤਾਂ ਕਿ ਉਹ ਵੀ ਇੱਕ ਨਵੇਕਲਾ ਯਤਨ ਹੋ ਜਾਂਦਾ। ਨਸ਼ਿਆਂ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਜਿਹੜੇ ਮਾਰਚ ਨੇ ਉਹ ਵੀ ਕਰਕੇ ਤੇ ਸਮਾਜ ਨੂੰ ਵਾਧੇ ਫ੍ਰੀ ਲਿਟਰੇਚਰ ਹੈ ਨਾ ਜੀ, ਜਿੰਨਾ ਸਸਤਾ ਲਿਟਰੇਚਰ ਲਿਜਾਇਆ ਜਾ ਸਕਦਾ ਹੈ, ਸੀਡੀਆਂ ਲਿਜਾਈਆਂ ਜਾ ਸਕਦੀਆਂ, ਤਾਂ ਜਿਸ ਤਰ੍ਹਾਂ ਦੇ ਜਿਸ ਵੀ ਤਰੀਕੇ ਨਾਲ ਸਾਡੀ ਕੌਮ ਦੇ ਵਿੱਚ ਕੋਈ ਨਾ ਕੋਈ ਗੁਰਬਾਣੀ ਇਤਿਹਾਸ ਦੇ ਪ੍ਰਤੀ ਆਪਣੇ ਸੱਭਿਆਚਾਰ ਦੇ ਪ੍ਰਤੀ ਪਿਆਰ ਜਾਗੇ, ਉਤਸ਼ਾਹ ਪੈਦਾ ਹੋਵੇ, ਅਸੀਂ ਹਰ ਉਹ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਕੁ ਸਾਡੇ ਕੋਲ ਸਾਧਨ ਹੈ, ਜਿੰਨੇ ਕੁ ਸਾਡੇ ਕੋਲ ਸਮਰੱਥਾ ਆ, ਉਸ ਤੋਂ ਵੱਧ ਕੇ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਕਿ ਇਹ ਸਾਰਾ ਕੁਛ ਕਰਕੇ ਤੇ ਪਿੰਡਾਂ ਦੇ ਵਿੱਚੋਂ ਕੋਈ ਨਾ ਕੋਈ ਸਾਨੂੰ ਜਿਹੜਾ ਉਹ ਲਾਭ ਮਿਲੇ। ਵੀਰ ਜੀ ਹੋਣਾ ਨੇ ਜਿਵੇਂ ਦੱਸਿਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਹੀ ਜਿਹੜੇ ਸਿੰਘ ਉੱਥੇ ਗਏ ਹੁੰਦੇ ਨੇ ਉਹ ਸਾਰੇ ਰੁਝੇਵੇਂ ਭਰੇ ਉਹਨਾਂ ਦਾ ਸਮਾਂ ਬਤੀਤ ਹੁੰਦਾ ਹੈ। ਸਵੇਰ ਦੇ ਸਮੇਂ ਵੀ ਜਿਸ ਇੱਕ ਪਿੰਡ ਵਿੱਚ ਕੈਂਪ ਲੱਗਣਾ ਨਾਲ 5 ਜਾਂ 7 ਪਿੰਡ ਵਿੱਚ ਇਸ ਤਰ੍ਹਾਂ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਕਿ ਗੁਰਦੁਆਰਾ ਸਾਹਿਬਾਨ ਦੇ ਸਵੇਰੇ ਉੱਥੇ ਵੀ ਜਿਹੜੀ ਆ ਗੁਰਬਾਣੀ ਦੀ ਵਿਚਾਰ ਅਲੱਗ ਅਲੱਗ ਪਿੰਡਾਂ ਦੇ ਵਿੱਚ ਕੀਤੀ ਜਾਂਦੀ ਹੈ। ਦਿਨੇ ਬੱਚਿਆਂ ਦੀਆਂ ਕਲਾਸਾਂ ਹੁੰਦੀਆਂ ਨੇ, ਨੌਜਵਾਨਾਂ ਦੀਆਂ ਕਲਾਸਾਂ ਹੁੰਦੀਆਂ ਨੇ, ਦੁਪਹਿਰ ਦਾ ਸਮਾਂ ਜਿਹੜਾ ਉਹ ਵੱਡੀ ਉਮਰ ਵਾਲੇ ਜਿਹੜੇ ਮਾਈ ਭਾਈ ਨੇ ਉਹਨਾਂ ਵਾਸਤੇ ਕੱਢਿਆ ਜਾਂਦਾ। ਸੋ ਮੈਂ ਵੀ ਗੁਰਪ੍ਰੀਤ ਸਿੰਘ ਜੀ ਦੇ ਕੋਲ ਜਾਣਨਾ ਚਾਹਾਂਗਾ ਕਿ ਜਿੱਥੇ ਇੰਨੇ ਇਹ ਯਤਨ ਹੋ ਰਹੇ ਨੇ, ਲੰਬੇ ਸਮੇਂ ਤੋਂ ਕੈਂਪ ਲੱਗ ਰਹੇ ਨੇ, ਇਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਪਤੀਆਂ, ਕਿਸ ਤਰ੍ਹਾਂ ਦੇ ਸਾਨੂੰ ਫੀਡਬੈਕ ਜਿਹੜੀ ਉਹ ਮਿਲਦੀ? ਦੇਖੋ ਜੀ, ਜਿਵੇਂ ਪਹਿਲਾਂ ਵੀ ਵੱਡੇ ਵੀਰ ਬ੍ਰਹਮਜੀਤ ਸਿੰਘ ਨੇ ਵੀ ਦੱਸਿਆ ਕਿ ਕੈਂਪ ਜਿਹੜੇ ਨੇ 8-9 ਸਾਲ ਤੋਂ ਲਗਾਤਾਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਪਿੰਡਾਂ ਥਾਵਾਂ ਵਿੱਚ ਲਗਾਏ ਜਾ ਰਹੇ ਨੇ। ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹਨਾਂ ਕੈਂਪਾਂ ਦੀ ਇਹ ਹੈ, ਜਿੱਥੇ ਅਸੀਂ ਇਹ ਵੀ ਪਹਿਲਾਂ ਵਿਚਾਰਾਂ ਕਰ ਚੁੱਕੇ ਹਾਂ ਕਿ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਵੀ ਉਹ ਦਰਸ਼ਨ ਗੁਰਦੁਆਰਿਆਂ ਵਿੱਚ ਜਾਂਦੇ ਹੀ ਨੇ, ਕਿਉਂਕਿ ਉਹ ਤਾਂ ਇਹ ਕਹਿੰਦੇ ਨੇ ਵੀ ਸਾਡੇ ਤਾਂ ਸਾਡੀ ਉਮਰ ਹੀ ਨਹੀਂ, ਸਾਡੇ ਤਾਂ ਖਾਣ ਪੀਣ ਖੇਡਣ ਦੀ ਉਮਰ ਆ। ਸਭ ਤੋਂ ਵੱਡੀ ਗੱਲ ਤਾਂ ਬੱਚਿਆਂ ਦੇ ਮਨਾਂ ਵਿੱਚ ਇਹ ਗੱਲ ਪਾਈ ਜਾਂਦੀ ਆ ਕਿ ਸਿਰਫ ਖਾਣ ਪੀਣ ਜਾਂ ਇਸ ਉਮਰ ਨੂੰ ਹੰਢਾਉਣ ਵਾਸਤੇ ਸਮਾਂ ਨਹੀਂ, ਇਹਦੇ ਨਾਲ ਨਾਲ ਗੁਰਬਾਣੀ ਨੂੰ ਪੜ੍ਹਨਾ ਸਮਝਣਾ ਵੀ ਇਹੀ ਉਮਰ ਆ, ਕਿਉਂਕਿ ਜਿਹੜੀ ਸੱਚ ਦੀ ਵਿਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਸਾਹਮਣੇ ਲੈ ਕੇ ਆਉਂਦੀ ਉਹ ਸਾਡੀ ਜ਼ਿੰਦਗੀ ਵਿੱਚ ਸ਼ੁਰੂ ਤੋਂ ਹੀ ਅਸੀਂ ਉਹਨਾਂ ਪਾਏ ਹੋਏ ਪੂਰਨਿਆਂ ਦੇ ਸੱਚ ਦੇ ਵਿਚਾਰ 'ਤੇ ਜਦੋਂ ਸਾਡੇ ਬੱਚੇ ਤੁਰਨਾ ਸ਼ੁਰੂ ਕਰ ਦੇਣਗੇ ਤਾਂ ਜ਼ਿੰਦਗੀ ਵਿੱਚ ਉਹਨਾਂ ਨੂੰ
ਅੱਗੇ ਜਾਣ ਵਾਸਤੇ ਕਦੇ ਵੀ ਕੋਈ ਤਕਲੀਫ ਜਾਂ ਔਖਿਆਈ ਨਹੀਂ ਆਏਗੀ, ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਸਾਨੂੰ ਹਰ ਉਸ ਚੀਜ਼ ਬਾਰੇ, ਹਰ ਉਸ ਗੱਲ ਬਾਰੇ ਸਮਝਾ ਜਾਂਦੇ ਨੇ ਕਿ ਇਨਸਾਨ ਨੇ ਕਿਸੇ ਵੀ ਜ਼ਿੰਦਗੀ ਦੇ ਮੋੜ ਦੇ ਉੱਤੇ ਜਦੋਂ ਵੀ ਜ਼ਿੰਦਗੀ 'ਚ ਕੋਈ ਔਖਿਆਈ ਆਉਂਦੀ ਹੈ, ਉਸ ਗੱਲ ਨੂੰ ਸਮਝਣ ਲਈ ਅਸੀਂ ਗੁਰਬਾਣੀ ਤੋਂ ਬੜੀ ਸੋਹਣੀ ਸੂਝ ਲੈ ਸਕਦੇ ਹਾਂ, ਬੜੀ ਸੋਹਣੀ ਸਮਝ ਲੈ ਸਕਦੇ ਹਾਂ। ਭਾਵ ਸਾਨੂੰ ਹਰ ਫੀਲਡ ਵਿੱਚ ਅੱਗੇ ਵਧਣ ਲਈ ਗੁਰਬਾਣੀ ਸਾਨੂੰ ਪ੍ਰੇਰਨਾ ਕਰਦੀ ਹੈ। ਜਿਹਨਾਂ ਨੇ ਕਦੀ ਸ਼ਾਇਦ ਇਸ ਪਾਸੇ ਜ਼ਰੂਰਤ ਹੀ ਨਹੀਂ ਕੀਤੀ, ਵੱਡਾ ਭਾਈ ਨਸ਼ਾ ਕਰਦਾ ਉਹਨੂੰ ਕਹਿਣ ਦੀ ਜ਼ਰੂਰਤ ਪੈਦਾ ਰੱਖਦੇ ਆ, ਪੈਦਾ ਕਰ ਲੈਂਦੇ ਆ, ਵੀਰ ਜੀ ਸ਼ਰਾਬ ਨਹੀਂ ਪੀਣੀ, ਸਿੱਖ ਦਾ ਧਰਮ ਸ਼ਰਾਬ ਪੀਣਾ ਨਹੀਂ, ਆਪਣੇ ਬਾਪੂ ਨੂੰ, ਆਪਣੀ ਮਾਂ ਨੂੰ, ਕਿਉਂਕਿ ਮਾਂ ਇਹ ਕੁਰੀਤੀਆਂ ਸਿੱਖ ਧਰਮ ਦੇ ਵਿੱਚ ਆ ਗਈਆਂ ਨੇ, ਸਾਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ। ਉਹ ਬੱਚੇ ਵੀ ਮੈਂ ਦੇਖੇ ਨੇ, ਉਹ ਬੱਚੇ ਵੀ ਮੈਂ ਦੇਖੇ ਨੇ ਜਿਹੜੇ ਆਪਣੀ ਮਾਂ ਨੂੰ ਕਬਰ ਤੇ ਦੀਵਾ ਜਗਾਉਣ ਤੋਂ ਰੋਕਦੇ ਨੇ। ਮੈਂ ਉਹ ਬੱਚੇ ਵੀ ਦੇਖੇ ਨੇ ਜਿਨ੍ਹਾਂ ਨੇ ਸ਼ਰਾਬ ਪੀਣ ਲੱਗਿਆ ਆਪਣੇ ਪਿਓ ਦੇ ਅੱਗੋਂ ਬੋਤਲ ਤੇ ਗਲਾਸੀ ਚੁੱਕੀ ਹੈ। ਮੈਂ ਉਹ ਬੱਚੇ ਵੀ ਦੇਖੇ ਆ ਜਿਨ੍ਹਾਂ ਨੇ, ਮੈਂ ਤਕਰੀਬਨ ਸ਼ਾਇਦ ਤੁਸੀਂ ਇਹ ਅਪਲੋਡ ਵੀ ਕੀਤਾ ਔਰ ਨੈਟ ਦੇ ਰਾਹੀਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਦੇਖਿਆ ਵੀ ਇਸ ਗੱਲ, ਤਕਰੀਬਨ ਕਿਲੋ ਕਿਲੋ ਅਸੀਂ ਮੌਲੀਆਂ ਜਿਹੜੀਆਂ ਵਾ ਗੁੱਟਾਂ ਤੋਂ ਬੱਚਿਆਂ ਨੂੰ ਜਦੋਂ ਸਮਝਾਉਂਦੇ ਹਾਂ ਤਾਂ ਆਪ ਲਾਹ ਕੇ ਸਾਨੂੰ ਫੜਾ ਦਿੰਦੇ, ਕਿਲੋ ਕਿਲੋ ਮੌਲੀਆਂ ਇਕੱਠੀਆਂ ਕਰਕੇ ਲਿਆਉਂਦੇ ਰਹੇ ਧਾਗੇ ਤਵੀਤ, ਜਿਨ੍ਹਾਂ ਨੂੰ ਮਤਲਬ ਕਿ ਇੱਕ ਡਰ ਦੇ ਤਹਿਤ ਭੂਤਾਂ ਪ੍ਰੇਤਾਂ ਦਾ ਕਿਸੇ ਨੇ ਪੜ੍ਹਾਈ ਦਾ। ਮੈਂ ਪਿਛਲੇ ਸਮੇਂ 'ਚ ਇੱਧਰ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਕੈਂਪ ਸੀਗਾ ਇੱਕ ਬੱਚੇ ਦੇ ਪਿਛਲੇ ਸਾਲ, ਤਾਂ ਉਹ ਬੱਚੇ ਦੇ ਗਲ ਵਿੱਚੋਂ ਤਵੀਤ ਵੇਖਿਆ, ਤਾਂ ਉਹਨੂੰ ਜਦੋਂ ਦੋ ਦਿਨ ਗੱਲ ਚੱਲਦੀ ਰਹੀ, ਦੋ ਦਿਨ ਗੱਲ ਚੱਲਦੀ ਰਹੀ, ਤਕਰੀਬਨ ਅਸੀਂ ਉਸ ਵਿਸ਼ੇ ਨਾਲ ਸੰਬੰਧਿਤ ਹੋ ਕੇ ਸਮਝਾਉਂਦੇ ਰਹੇ। ਤੀਜੇ ਦਿਨ ਉਹਨੇ ਬੱਚੇ ਨੇ ਉਹ ਤਵੀਤ ਲਾ ਕੇ ਅਤੇ ਫੜਾ ਲਿਆ, ਮੈਂ ਉਹਦੇ ਸਾਹਮਣੇ ਉਹਨੂੰ ਖੋਲ੍ਹਿਆ, ਖੋਲ੍ਹ ਕੇ ਅਤੇ ਉਹਦੇ ਵਿੱਚ ਉਹ ਵਿਖਾਇਆ, ਕੁਛ ਨਹੀਂ ਲਿਖਿਆ, ਉੱਤੇ ਲਿਖਿਆ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਲਿਖਿਆ। ਮੈਂ ਬੱਚੇ ਨੂੰ ਕਿਹਾ ਵੀ ਇਹਨੂੰ ਪੜ੍ਹ, ਅੱਛਾ ਉਹਨੇ ਪੜ੍ਹਿਆ, ਕਹਿੰਦਾ ਕਿ ਮੈਨੂੰ ਜਵਾਨੀ ਯਾਦ ਹੈ ਗੱਲ 'ਚ ਪਾਇਆ ਸੀ। ਫਿਰ ਉਸ ਤੋਂ ਬਾਅਦ ਅਗਲੀ ਗੱਲ ਆਈ ਕਿ ਬੱਚੇ ਪਾਇਆ ਕਿਉਂ ਸੀ, ਕਹਿੰਦਾ ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ ਅਤੇ ਮੇਰੀ ਮੰਮੀ ਨੇ 1100 ਰੁਪਈਏ ਦਾ ਲੈ ਕੇ ਦਿੱਤਾ ਸੀ ਅਤੇ ਇਹ ਤਾਂ ਗੱਲ 'ਚ ਪਾਇਆ, ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ। ਮੈਂ ਉਹਨੂੰ ਅਗਲਾ ਸਵਾਲ ਕੀਤਾ ਕਿ ਪੁੱਤਰ ਜੇ ਪੜ੍ਹਾਈ ਨਹੀਂ ਆਉਂਦੀ ਤਾਂ ਜਦੋਂ ਇਹ ਤਵੀਤ ਗੱਲ 'ਚ ਪਾ ਲਿਆ ਫਿਰ ਸਕੂਲ ਦੀ ਮਾਸਟਰਾਂ ਦੀ ਲੋੜ ਹੀ ਨਹੀਂ ਸੀ ਘਰੇ ਬਹਿ ਲੈਣਾ ਹੈ। ਉਹ ਕਹਿੰਦਾ ਜੀ ਹੁਣ ਮੈਨੂੰ ਸਮਝ ਆ ਗਈ, ਹੁਣ ਇਸ ਤੋਂ ਬਾਅਦ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਤਵੀਤ ਜਿਹੜਾ ਉਹ ਨਾ ਪਾਉਣਾ ਆ ਅਤੇ ਨਾ ਮੈਂ ਇਹਦੇ 'ਤੇ ਕਦੀ ਵਿਸ਼ਵਾਸ ਕਰਨਾ ਸੀ। ਉਹ 6ਵੀਂ 7ਵੀਂ ਦਾ ਹੀ ਬੱਚਾ, ਲੇਕਿਨ ਉਸ ਬੱਚੇ ਦੇ ਅੰਦਰ ਇਹ 3 ਦਿਨ ਤੋਂ ਬਾਅਦ 3ਜੇ ਦਿਨ ਆ ਕੇ ਅਤੇ ਇਹ ਉਹਦੇ 'ਚ ਜ਼ੋਰਤ ਪੈਦਾ ਹੋਈ। ਮਤਲਬ ਇਹੋ ਜਿਹੀਆਂ ਅਨੇਕਾਂ ਪ੍ਰਾਪਤੀਆਂ ਵੇਖੀਆਂ ਜਾ ਸਕਦੀਆਂ। ਫਿਰ ਜਿਹੜੇ ਬੱਚੇ ਗੁਰਦੁਆਰੇ ਨਹੀਂ ਜਾਂਦੇ, ਗੁਰਦੁਆਰੇ ਜਾ ਕੇ ਆਪ ਸ਼ਾਮ ਨੂੰ ਬਹਿ ਰਸ ਦਾ ਪਾਠ ਕਰਨਾ, ਗੁਰਦੁਆਰੇ ਮੱਥਾ ਟੇਕਣ ਜਾਣਾ, ਹੈਂਜੀ, ਫਿਰ ਲਿਟਰੇਚਰ ਖਰੀਦ ਕੇ ਉਹਨੂੰ ਪੜ੍ਹਨਾ, ਫਿਰ ਉਹ ਜਿਵੇਂ ਗੁਰਮਤ ਦਾ ਕੋਰਸ ਕਰਨ ਵਾਸਤੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਹੋਇਆ, ਫਿਰ ਖੰਡੇ ਕੀ ਪੌਲ ਲੈਣ ਵਾਸਤੇ ਪਿਛਲੇ ਸਾਲ ਆਪਾਂ ਸਰਿਆੜੀ ਜਦੋਂ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੈਂਪ ਲਾਇਆ ਸੀਗਾ, ਉੱਥੇ ਕਿੰਨੇ ਬੱਚੇ ਜਿਹੜੇ ਸੀਗੇ ਉਹ ਖੰਡੇ ਕੀ ਪੌਲ ਲੈਣ ਵਾਸਤੇ ਤਿਆਰ ਹੋ ਗਏ, ਭਾਵੇਂ ਕਿ ਉਹਨਾਂ 'ਚੋਂ ਕੁਝ ਕੁ ਬੱਚਿਆਂ ਦੇ ਮਾਪਿਆਂ ਨੇ ਉਹਨਾਂ ਨੂੰ ਰੋਕ ਦਿੱਤਾ ਵੀ ਤੁਸੀਂ ਅਜੇ ਇਹ ਸੰਭਾਲਣ ਦੇ ਲਾਇਕ ਨਹੀਂ ਆ, ਯੋਗ ਨਹੀਂ ਆ, ਫਿਰ ਥੋੜ੍ਹਾ ਜਿਹਾ ਹੋਰ ਸਿੱਖ ਕੇ ਅਗਲੀ ਵਾਰੀ ਛੱਡ ਲਓ। ਤਾਂ ਬਹੁਤ ਸਾਰੇ ਬੱਚੇ ਇਸ ਪਾਸੇ ਉਤਸ਼ਾਹ ਰੱਖਦੇ ਆ,
ਲੇਕਿਨ ਸਾਡੇ ਲੋਕਾਂ ਦੇ ਵਿੱਚ ਉਤਸ਼ਾਹ ਭਰਨ ਵਾਲਾ ਜਿਹੜਾ ਆ ਨਾ ਉਹ ਜਜ਼ਬਾ ਨਹੀਂ ਹੈਗਾ, ਸਾਧਨ ਨਹੀਂ ਅਸੀਂ ਪੂਰੇ ਵਰਤ ਰਹੇ, ਸਾਡੀਆਂ ਜਿਹੜੀਆਂ ਸ਼੍ਰੋਮਣੀ ਜਥੇਬੰਦੀਆਂ ਆ ਉਹ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ। ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਹੋਰ ਵੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਸਾਧਨ ਨੇ ਅਤੇ ਪ੍ਰਚਾਰਕ ਵੀ ਨੇ ਆਪਣੇ, ਪਰ ਉਹ ਇੰਨੇ ਵੱਡੇ ਪੱਧਰ ਤੇ ਉਹਨਾਂ ਯਤਨ ਨਹੀਂ ਕਰ ਰਹੇ ਜਿੰਨਾ ਉਹਨਾਂ ਵੱਲੋਂ ਕੀਤਾ ਜਾਣਾ ਚਾਹੀਦਾ। ਭਾਜੀ ਯਤਨ ਹੁੰਦਾ ਵੀ ਹੈ ਨਾ, ਬਹੁਤਿਆਂ ਥਾਵਾਂ ਤੇ ਮੈਂ ਦੇਖਿਆ ਉਹ ਯਤਨ ਅਸੀਂ ਸਾਡੇ ਬਹੁਤੇ ਸੰਸਥਾਵਾਂ ਵੱਲੋਂ ਹੁੰਦੇ ਇਸ ਤਰ੍ਹਾਂ ਦੇ ਜਿਵੇਂ ਅਸੀਂ ਜਨਤਾ ਦੇ ਉੱਤੇ ਅਹਿਸਾਨ ਕਰ ਰਹੇ ਹਾਂ ਜੀ, ਜਿਵੇਂ ਮਤਲਬ ਕਿ ਅਸੀਂ ਨਾ ਜਨਤਾ ਦੇ ਉੱਤੇ ਐਵੇਂ ਜਿਹੜਾ ਇੱਕ ਬੜਾ ਵੱਡਾ ਨਾ ਪੁੰਨ ਕਰ ਰਹੇ ਹਾਂ। ਜਦੋਂ ਸਾਨੂੰ ਇਹ ਸਮਝਣਾ ਚਾਹੀਦਾ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਕੋਈ ਅਸੀਂ ਪੁੰਨ ਨਹੀਂ ਕਰ ਰਹੇ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਜੇ ਅਸੀਂ ਜ਼ਿੰਮੇਵਾਰੀ ਲਈ ਹੈ ਤਾਂ ਸਾਨੂੰ ਬਾਪੂ ਵੀ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਮੈਂ ਇੱਕ ਗੱਲ ਹੋਰ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜੇ ਸਾਰਾ ਕੁਝ ਕਿਉਂਕਿ ਸਰੋਤਾ ਜਨ ਸੁਣ ਰਹੇ ਨੇ ਉਹਨਾਂ ਦੇ ਮਨ ਵਿੱਚ ਵੀ ਹੋ ਸਕਦਾ ਹੈ ਕਿ ਇਹ ਜਿਹੜੇ ਰੀਝ ਹੋਵੇ ਕਿ ਅਸੀਂ ਵੀ ਆਪਣੇ ਇਲਾਕੇ ਵਿੱਚ ਜਾਂ ਆਪਣੇ ਪਿੰਡ ਵਿੱਚ ਗੁਰਮਤ ਸਮਾਗਮ ਇਹ ਜਿਹੜਾ ਵਾ ਕਰਾਉਣਾ ਅਤੇ ਨਾਲ ਗੁਰਮਤ ਸਿਖਲਾਈ ਕੈਂਪ ਜਿਹੜਾ ਆਯੋਜਿਤ ਕਰਨਾ, ਇਹ ਜਿਹੜਾ ਕੈਂਪ ਅਸੀਂ ਆਯੋਜਿਤ ਕਰਦੇ ਹਾਂ ਉੱਤੇ ਕਿੰਨਾ ਕੁ ਖਰਚਾ ਆ ਜਾਂਦਾ, ਕਿਤੇ ਇਹ ਨਾ ਹੋਵੇ ਕਿ ਸਰੋਤਾ ਜਨ ਸੋਚਣ ਤਾਂ ਜ਼ਰੂਰ, ਪਰ ਜਿਵੇਂ ਵੱਡੇ ਸਮਾਗਮਾਂ ਦੇ ਉੱਤੇ ਲੱਖਾਂ ਰੁਪਈਆ ਲੱਗ ਜਾਂਦਾ ਹੈ ਕਿ ਇਹ ਇਹਨਾਂ ਉੱਤੇ ਕਿੰਨਾ ਕੁ ਖਰਚਾ ਆ ਜਾਂਦਾ। ਵੀਰ ਜੀ ਮੈਂ ਦੋਵੇਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਥੋੜ੍ਹਾ ਜਿਹਾ ਵਿਸਥਾਰ ਦੇਵਾਂਗਾ। ਪਹਿਲੀ ਆਪਾਂ ਪ੍ਰਾਪਤੀ ਦੀ ਗੱਲ ਕਰ ਰਹੇ ਸੀਗੇ, ਜਿਹੜੀਆਂ ਆਪਾਂ ਪ੍ਰਾਪਤੀਆਂ ਹੁਣੇ ਸਾਂਝੀਆਂ ਕੀਤੀਆਂ ਨੇ ਇਹ ਤਾਂ ਸਾਨੂੰ ਤੁਰੰਤ ਬਾਹਰੀ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ, ਪਰ ਇਹਦੇ ਕੁਛ ਜਿਹੜੇ ਦੂਰ ਅੰਦੇਸ਼ੀ ਸਾਨੂੰ ਸਿੱਟੇ ਵੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮਸਲਾ ਜਿਵੇਂ ਬਾਣੀ ਦੇ ਪ੍ਰਚਾਰ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੈ ਵਿਚਾਰਧਾਰਕ ਏਕਤਾ ਸਾਨੂੰ ਮਿਲਦੀ ਹੈ ਸਾਡੇ ਨੌਜਵਾਨਾਂ ਦੇ ਵਿੱਚ। ਹੁਣ ਪਿੰਡਾਂ ਦੇ ਵਿੱਚ ਜੇ ਏਕਤਾ ਹੈਗੀ ਹੈ ਉਹ ਪਾਰਟੀ ਦੇ ਨਾਮ ਦੇ ਉੱਤੇ ਹੈ ਜਾਂ ਉਹ ਸ਼ਰਾਬ ਦੇ ਨਾਂ ਦੇ ਉੱਤੇ ਹੈ, ਪਰ ਗੁਰਬਾਣੀ ਆਧਾਰ ਤੇ ਕੋਈ ਏਕਤਾ ਨਹੀਂ ਹੈਗੀ। ਤੁਸੀਂ ਵੇਖੋ ਪਾਰਟੀ ਦੇ ਨਾਂ ਤੇ ਵੋਟਾਂ ਮੰਗਣਾ ਤਾਂ ਸਾਰੇ ਜਾਣਗੇ, ਗੁਰਬਾਣੀ ਨਹੀਂ ਆ ਤਾਂ ਏਕਤਾ ਕਿੱਥੋਂ ਹੋਏਗੀ? ਗੁਰਮਤ ਦੀ ਵਿਚਾਰਧਾਰਾ ਦੀ ਏਕਤਾ ਨੌਜਵਾਨਾਂ ਵਿੱਚ ਕਲਾਸਾਂ ਜਾਂਦੇ ਨੇ, ਇੱਕ ਵਿਚਾਰ ਨੂੰ ਸੁਣਦੇ ਨੇ, ਗੁਰਬਾਣੀ ਦੇ ਵਿਚਾਰ ਨੂੰ ਸੁਣਦੇ ਨੇ, ਜੀਵਨ ਜਾਂ ਪਿੰਡ ਦੇ ਸਮਾਜਿਕ ਫੈਸਲੇ ਲੈਣ ਵਾਸਤੇ ਜੇ ਉਹਨਾਂ ਨੂੰ ਖਲੋਣਾ ਪੈਂਦਾ ਵਾ ਤੇ ਉਹ ਬਾਣੀ ਆਧਾਰ ਤੇ ਫੈਸਲਾ ਲੈਣਗੇ। ਇੱਕ ਵਿਚਾਰਧਾਰਕ ਏਕਤਾ ਉਹਨਾਂ ਨੂੰ ਜੋੜਦੀ ਹੈ ਆਪਸ ਵਿੱਚ। ਦੂਜੀ ਗੱਲ ਉਹਨਾਂ ਦਾ ਮਾਨਸਿਕ ਪੱਧਰ ਦਾ ਇੰਨਾ ਕੁ ਵਿਕਾਸ ਕਰਨਾ, ਦੇਖੋ ਇਹ ਗੱਲ ਪੱਕੀ ਹੈ ਵੀ ਤੁਸੀਂ ਆਪਣੇ ਪੁਰਾਤਨ ਜਾਂ ਰੂੜੀਵਾਦੀ ਵਿਚਾਰਧਾਰਾ ਤੇ ਜੇ ਓਬਜੈਕਸ਼ਨ ਨਹੀਂ ਕਰੋਗੇ ਦੂਜੇ ਧਰਮਾਂ ਵਾਲੇ ਕਰਨਗੇ। ਈਸਾਈ ਧਰਮ ਗੁਰਦਾਸਪੁਰ ਦੇ ਵਿੱਚ ਪੂਰਾ ਹੈਵੀ ਹੋ ਚੁੱਕਿਆ ਵਾ, ਪੂਰਨ ਤੌਰ ਤੇ ਹਾਵੀ ਨੇ ਉਹ ਸਾਰੀਆਂ ਥਾਵਾਂ ਤੇ ਪ੍ਰਚਾਰ ਕਰ ਰਹੇ, ਸਾਡੇ ਆਪਣੇ ਪਿੰਡ ਤੋਂ ਵੀ ਪਹੁੰਚ ਚੁੱਕੇ ਨੇ। ਜਿਹੜੇ ਸਵਾਲ ਅੱਜ ਸਾਡਾ ਨੌਜਵਾਨ ਕਰਦਾ ਹੈ ਉਸ ਨੂੰ ਚੁੱਪ ਕਰਾ ਦਿੰਦੇ ਹਾਂ, ਜਦੋਂ ਉਹੀ ਸਵਾਲ ਉਹਨੂੰ ਕੋਈ ਦੂਸਰੇ ਧਰਮ ਦੂਜੇ ਮਜ਼ਹਬ ਵਾਲਾ ਕਰਦਾ ਵਾ ਉਹਦੇ ਕੋਲ ਜਵਾਬ ਨਹੀਂ ਹੁੰਦਾ, ਜਿਸ ਕਰਕੇ ਆਪਣੇ ਧਰਮ ਦੇ ਪ੍ਰਤੀ ਜੋ ਉਸਦਾ ਵਿਸ਼ਵਾਸ ਹੈ ਉਹ ਡੋਲਣਾ ਸ਼ੁਰੂ ਹੋ ਜਾਂਦਾ ਵਾ। ਉਹਨੂੰ ਲੱਗਦਾ ਵੀ ਨਹੀਂ ਮੇਰੇ ਵਿਚਾਰਧਾਰਾ 'ਚ ਕੋਈ ਕਚਿਆਈ ਹੈਗੀ ਹੈ, ਮੈਂ ਜਵਾਬ ਨਹੀਂ ਦੇ ਪਾਇਆ, ਤੇ ਹਾਰਨਾ ਕੋਈ ਪਸੰਦ ਨਹੀਂ ਕਰਦਾ ਭਾਵੇਂ ਉਹ ਧਾਰਮਿਕ ਖੇਤਰ ਹੋਵੇ ਜਾਂ ਸਮਾਜਿਕ ਖੇਤਰ ਹੋਵੇ। ਅਸੀਂ ਜੇਤੂ ਕੌਮ ਆ, ਅਸੀਂ ਵਿਚਾਰਧਾਰਕ ਤੌਰ ਤੇ ਵੀ ਜਿੱਤੇ ਆ ਤੇ ਅਸੀਂ ਬਾਅਦ 'ਚ ਵੀ ਜਿੱਤਦੇ ਰਹੇ ਹਾਂ, ਇੱਕ ਗੱਲ। ਤੀਸਰਾ ਇੱਕ ਹੋਰ ਪੁਆਇੰਟ ਇਹ ਹੈ ਵੀ ਗੁਰਮਤਿ ਕੈਂਪਾਂ ਦੇ ਵਿੱਚੋਂ ਇੱਕ ਜੋ ਖਾਸ ਗੱਲ ਵੇਖਣ ਵਿੱਚ ਆਉਂਦੀ ਹੈ ਉਹ ਹੈ ਜਿਵੇਂ ਬੱਚੇ ਕਵਿਤਾਵਾਂ ਪੇਸ਼ ਕਰਦੇ ਨੇ ਸਟੇਜ ਦੇ ਉੱਤੇ ਜਾ ਕੇ ਬੋਲਣਾ, ਆਪਣੇ ਵਿਚਾਰ ਨੂੰ ਆਪਣੀ ਸ਼ਬਦਾਵਲੀ ਦੇ ਵਿੱਚ ਰੱਖਣਾ ਤੇ ਉਸ ਸ਼ਬਦਾਵਲੀ ਉਸ ਵਿਚਾਰ ਦੀ ਪ੍ਰੋੜਤਾ ਕਰਨ ਦੀ ਹਿੰਮਤ ਪੈਦਾ ਕਰਨੀ, ਇੰਨੀ ਹਿੰਮਤ ਕਿ ਉਹ ਕਿਸੇ ਵੀ ਹੋਰ ਨੂੰ ਜਦੋਂ ਸਿੱਖੀ ਦੇ ਸਿਧਾਂਤਾਂ ਦੇ ਉਲਟ ਗੱਲ ਕਰਦੇ ਵੇਖਣ ਤੇ ਉਸਨੂੰ ਪ੍ਰਸ਼ਨ ਕਰ ਸਕਣ, ਝਾਕਾ ਲੈ ਜਾਂਦਾ। ਇਹ ਸਾਡੀ ਪ੍ਰਾਪਤੀ ਹੈ ਕਿਉਂਕਿ ਪ੍ਰਚਾਰਕ ਹਰ ਥਾਂ ਤੇ ਮੌਜੂਦ ਨਹੀਂ ਹੋ ਸਕਦਾ, ਕਿੰਨਾ ਚੰਗਾ ਹੋਵੇ ਜੇ ਸਿੱਖ ਆਪਣੇ ਸਿਧਾਂਤਾਂ ਪ੍ਰਤੀ ਸੁਚੇਤ ਹੋਣ। ਇਹ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਜੋ ਐਟ ਅ ਟਾਈਮ ਇੱਕਦਮ ਨਜ਼ਰ ਤਾਂ ਨਹੀਂ ਆਉਂਦੀਆਂ,
ਪਰ ਇਹ ਸਮਾਂ ਆਉਣ ਦੇ ਉੱਤੇ ਸਾਨੂੰ ਵੱਖੋ ਵੱਖਰੇ ਜਦੋਂ ਬਾਹਰੋਂ ਸੁਣਨ ਨੂੰ ਮਿਲਦਾ ਤੇ ਇਹ ਪ੍ਰਾਪਤੀਆਂ ਨੇ ਸਾਡੀ ਇਹਨਾਂ ਬੱਚਿਆਂ ਨੇ ਜਾ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪੜਨਾ, ਇਹਨਾਂ ਲਈ ਸਿਆਸਤ ਵਿੱਚ ਜਾਣਾ, ਇਹਨਾਂ ਲਈ ਸਾਰਾ ਸਮਾਜ ਸਿਰਜਣਾ। ਹੁਣ ਇਹਨਾਂ ਦੇ ਵਿੱਚ ਇੱਕ ਹੋਰ ਪ੍ਰਾਪਤੀ ਜਿਹੜੀ ਵੱਡੀ ਹੈ, ਜਿਹਨਾਂ ਥਾਵਾਂ ਤੇ ਕੈਂਪ ਲੱਗੇ ਨੇ, ਸਾਡੇ ਕਾਲਜ ਦੇ ਅੱਜ ਤਕਰੀਬਨ 60 ਸੈਂਟਰ ਵੱਡੇ ਚੱਲਦੇ ਪਏ ਨੇ ਜੀ। ਇਹਨਾਂ ਸਾਰੀਆਂ ਥਾਵਾਂ ਤੇ ਜਦੋਂ ਕੈਂਪ ਲੱਗੇ ਤੇ ਪ੍ਰਬੰਧਕ ਕਈ ਵਾਰੀ ਆਖਦੇ ਨੇ ਵੀ ਠੀਕ ਹੈ ਜੀ, ਜਿਹੜੀ ਗੁਰਦੁਆਰੇ ਦੀ ਸਟੈਂਡਰਡ ਪ੍ਰਣਾਲੀ ਹੈ ਉਹ ਤੇ ਅਸੀਂ ਛੱਡ ਨਹੀਂ ਸਕਦੇ, ਉਹ ਰਹਿਣੀ ਵੀ ਚਾਹੀਦੀ ਹੈ, ਉਹ ਵਧੀਆ ਵਾ, ਉਹ ਠੀਕ ਹੈ ਕਾਫੀ ਹੱਦ ਤੱਕ, ਜਿੰਨਾ ਕੋ ਕੰਮ ਆਪਣੇ ਬਜ਼ੁਰਗਾਂ ਵਾਸਤੇ ਕਰ ਰਹੇ ਨੇ ਚਲੋ ਉਹਨਾਂ ਉਹ ਵਾਹ ਭਲੀ ਉਹਨਾਂ ਦੀ। ਪਰ ਜਿਹੜੀ ਸਭ ਤੋਂ ਵੱਡੀ ਇਹ ਪ੍ਰਾਪਤੀ ਹੁੰਦੀ ਹੈ ਕਿ ਉੱਥੇ ਸਾਨੂੰ ਰੈਗੂਲਰ ਕਲਾਸਾਂ ਮਿਲਦੀਆਂ ਨੇ ਵੀ ਤੁਸੀਂ ਤਾਂ ਜੀ ਸਾਲ ਬਾਅਦ ਆਓਗੇ ਫਿਰ ਦੁਬਾਰਾ, ਤੇ ਕਿਉਂ ਨਾ ਕੋਈ ਐਸਾ ਸਾਨੂੰ ਇੱਕ ਪ੍ਰਚਾਰਕ ਦੇ ਦਿਓ ਜਿਹੜਾ 5-6 ਪਿੰਡਾਂ ਦੇ ਵਿੱਚ ਸਿੰਘ ਜਿਹੜਾ ਹੈ ਉਹ ਰਹਿ ਕੇ ਉੱਥੇ ਲਗਾਤਾਰ ਕਲਾਸਾਂ ਲਾਏ ਹਫ਼ਤਾਵਾਰੀ। ਗੁਰਦੁਆਰਿਆਂ ਦੀ ਉਸ ਸਾਰੀ ਪ੍ਰਣਾਲੀ ਦੇ ਵਿੱਚ ਇੱਕ ਹੋਰ ਐਡੀਸ਼ਨ ਹੋ ਜਾਂਦੀ ਹੈ ਜੋ ਵਾਕਈ ਲਾਭਦਾਇਕ ਵੀ ਹੈ ਤੇ ਇੱਕ ਵਿਕਾਸ ਵੀ ਕਰਦੀ ਹੈ। ਸਾਡੇ ਭੋਨੇ ਪ੍ਰਚਾਰਕ ਹੀ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਜਿੰਨੀ ਹੁਣ ਮੰਗ ਆ ਰਹੀ ਹੈ ਕਿ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਦਾ ਸਮਾਗਮ ਹੋਣਾ ਚਾਹੀਦਾ। ਮੈਂ ਖਰਚੇ ਬਾਰੇ ਪੁੱਛਿਆ ਸੀ ਕਿ ਇਹ ਕਿੰਨਾ ਖਰਚੇ ਬਾਰੇ, ਕਿਉਂਕਿ ਜਿੰਨਾ ਕੰਮ ਅਸੀਂ ਕਰਨਾ ਲੋਚਦੇ ਹਾਂ ਬੱਚਿਆਂ ਨੂੰ ਸਿੱਖਿਆ ਦਾ, ਸਾਡੇ ਵਾਸਤੇ ਖਰਚਾ ਜੇਕਰ ਦੇਖਿਆ ਜਾਏ ਤੇ ਖਰਚਾ ਚੀਜ਼ਾਂ ਦੇ ਉੱਤੇ ਹੁੰਦਾ, ਵਸਤੂਆਂ ਦੇ ਉੱਤੇ। ਅਸੀਂ ਬੱਚਿਆਂ ਨੂੰ ਗੁਰਮਤ ਗੁਰਬਾਣੀ ਪੜ੍ਹਾਉਣੀ ਹੈ, ਅਸੀਂ ਉਹ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਵੀ ਜੋ ਲਿਟਰੇਚਰ ਵਾਸਤੇ ਸਹਿਯੋਗ ਦਿੰਦੇ ਨੇ, ਉਹ ਸੰਸਥਾਵਾਂ ਜੋ ਲਿਟਰੇਚਰ ਮੁਹੱਈਆ ਕਰਵਾਉਂਦੀਆਂ ਨੇ ਉਹਦੇ ਉੱਤੇ ਕੋਈ ਖਰਚਾ ਨਹੀਂ ਹੈ। ਹਾਂ ਜਿਹੜਾ ਖਰਚਾ ਹੈ ਅਸੀਂ ਇੰਨੀ ਕੋਸ਼ਿਸ਼ ਉਪਰਾਲਾ ਜ਼ਰੂਰ ਕਰਦੇ ਹਾਂ ਕਿ ਜਿਹੜੇ ਬੱਚੇ ਪੜ੍ਹਨ ਆਉਂਦੇ ਨੇ ਉਹ ਬੱਚਿਆਂ ਦੇ ਥੋੜੇ ਬਹੁਤੇ ਕੋਈ ਚਾਹ ਪਾਣੀ ਦਾ ਖਾਣ ਪੀਣ ਜਿਹੜਾ ਬੱਚਿਆਂ ਨੂੰ ਬੰਨ ਕੇ ਉੱਥੇ ਰੱਖਿਆ ਜਾ ਸਕੇ ਤਾਂ ਕਿ ਉਹਨਾਂ ਜਦੋਂ ਅਸੀਂ ਟੀ ਬ੍ਰੇਕ ਕਰੀਏ ਉਹਨਾਂ ਦੀ ਉਹਦੇ ਵਾਸਤੇ ਥੋੜ੍ਹਾ ਜਿਹਾ ਖਰਚਾ, ਉਹ ਜਿਹੜਾ ਹੈ ਉਹ ਬਹੁਤ ਮਾਮੂਲੀ ਜਿਹਾ ਖਰਚਾ ਹੁੰਦਾ ਵਾ। ਬਾਕੀ ਸਾਡੀ ਆਪਣੀ ਇਸ ਤਰ੍ਹਾਂ ਕੈਂਪਾਂ ਦੇ ਉੱਤੇ ਬੱਜੀ ਪੇਟਾ ਅਸੀਂ ਕਿਤੇ ਨਹੀਂ ਰੱਖੀ ਕਿ ਅਸੀਂ ਮੰਗ ਕੇ ਕਿਸੇ ਥਾਂ ਜਾਂਦੇ ਹੋਈਏ ਵੀ ਸਾਨੂੰ ਇੰਨੀ ਪ੍ਰਾਪਤੀ ਚਾਹੀਦੀ ਹੈ ਜਾਂ ਅਸੀਂ ਕਥਾ ਕਰਾਂਗੇ ਜਿਸ ਕੈਂਪ ਦੇ ਵਿੱਚ ਉੱਥੇ ਇੰਨੀ ਮਾਇਆ ਇੰਨੀ ਸੇਵਾ ਲਾਵਾਂਗੇ ਐਸੀ ਕੋਈ। ਉਹਦਾ ਵੀ ਬ੍ਰਹਮਜੀਤ ਸਿੰਘ ਜੀ ਸਾਰਾ ਕਾਲਜ ਜਿਹੜਾ ਵਾ ਉਹ ਇਸੇ ਤਰ੍ਹਾਂ ਸੰਗਤਾਂ ਦੇ ਦਸਵੰਧ ਦੇ ਦੁਆਰਾ ਚੱਲ ਰਿਹਾ ਵਾ, ਕਿਸੇ ਸੰਸਥਾ ਵੱਲੋਂ ਕੋਈ ਜਿਹੜਾ ਫਿਕਸ ਕੋਈ ਸਾਨੂੰ ਭੇਟਾ ਨਹੀਂ ਮਿਲ ਰਹੀ ਜਾਂ ਕਿਸੇ ਵਿਅਕਤੀ ਵੱਲੋਂ ਵਿਸ਼ੇਸ਼ ਤੌਰ ਤੇ, ਇਹ ਸੰਗਤਾਂ ਦੇ ਸਹਿਯੋਗ ਨਾਲ ਹੈ। ਛੋੜਾ ਸਾਡਾ ਇਹ ਕੰਮ ਹੈ ਕਿ ਇੱਕ ਤਾਂ ਜੇ ਹੋ ਸਕੇ ਲਾਜ਼ਮੀ ਨਹੀਂ, ਜੇ ਹੋ ਸਕੇ ਤੇ ਬੱਚਿਆਂ ਨੂੰ ਇੱਕ ਵਾਰੀ ਚਾਹ ਦੇ ਦੇਣੀ ਆ। ਉਸ ਤੋਂ ਬਾਅਦ ਅਸੀਂ 5ਵੇਂ ਦਿਨ ਜਦੋਂ ਬੱਚਿਆਂ ਨੂੰ ਆਪਾਂ ਕੈਂਪ ਤੋਂ ਵਿਦਾ ਕਰਨਾ ਹੈ ਤਾਂ ਉਸ ਦਿਨ ਭਾਵੇਂ ਛੋਟੇ ਜਾਂ ਵੱਡੇ ਜਿਸ ਤਰ੍ਹਾਂ ਵੀ ਸਮਰੱਥਾ ਦੇ ਮੁਤਾਬਕ ਛੋਟੇ ਮੋਟੇ ਅਸੀਂ ਪ੍ਰਾਈਜ਼ ਜਿਹੜੇ ਆ ਉਹ ਬੱਚਿਆਂ ਨੂੰ ਦੇਣੇ ਆ। ਹੋ ਸਕੇ ਤੇ ਅਸੀਂ ਜਿੰਨੇ ਬੱਚੇ ਉੱਥੇ ਕੈਂਪ ਵਿੱਚ ਹਾਜ਼ਰ ਨੇ ਉਹਨਾਂ ਸਾਰਿਆਂ ਦੀ ਹੌਸਲਾ ਅਫਜ਼ਾਈ ਕਰਦੇ ਹਾਂ, ਪਰ ਪਹਿਲਾ ਦੂਜਾ ਤੀਜਾ ਦਰਜਾ ਰੱਖਣ ਵਾਲੇ ਹਰ ਗਰੁੱਪ ਵਿੱਚੋਂ ਬੱਚਿਆਂ ਨੂੰ ਜਿਹੜਾ ਆ ਉਹ ਜ਼ਰੂਰ ਸਨਮਾਨ ਦੇ ਕੇ ਤਿੰਨ ਜਾਂ ਚਾਰ ਗਰੁੱਪ ਕੀਤੇ ਹੁੰਦੇ ਨੇ ਬੱਚਿਆਂ ਦਾ ਜਿਹੜੀ ਪੜ੍ਹਾਈ ਕੀਤੀ ਜਾਂਦੀ ਆ, ਅਖੀਰਲੇ ਦਿਨ ਉਹਨਾਂ ਦਾ ਟੈਸਟ ਹੋ ਕੇ ਪਹਿਲਾ ਦੂਜਾ ਤੇ ਤੀਜਾ ਸਥਾਨ ਜਿਹੜੇ ਬੱਚੇ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਨੇ। ਤੇ ਇਨਾਮ ਦੇ ਵਿੱਚ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਲਿਟਰੇਚਰ ਆ ਉਸ ਪੱਧਰ ਦਾ ਦਿੱਤਾ ਜਾਵੇ, ਬੱਚੇ ਜਿਹੜੇ ਪੜ੍ਹਨ ਅਤੇ ਸਮਝਣ। ਇਸੇ ਤਰ੍ਹਾਂ ਪਿੱਛੇ ਜੇ ਅਸੀਂ ਗੇਲਣਾ ਜਿਹੜਾ ਕੈਂਪ ਲਾ ਕੇ ਆਏ ਸੀਗੇ ਉਹਨਾਂ ਵੀਰਾਂ ਵੱਲੋਂ ਪਿੰਡ ਵਾਲਿਆਂ ਵੱਲੋਂ ਬਹੁਤ ਵਧੀਆ ਉਦਮ ਕੀਤਾ ਗਿਆ ਸੀਗਾ ਕਿ ਬੱਚਿਆਂ ਨੂੰ ਜਿੱਥੇ ਲਿਟਰੇਚਰ ਦਿੱਤਾ ਗਿਆ ਨਾਲ ਕੁਝ ਸੀਡੀਜ਼ ਦਿੱਤੀਆਂ ਗਈਆਂ, ਹਰੇਕ ਬੱਚੇ ਨੂੰ ਸੀਡੀਜ਼ ਦਿੱਤੀ ਗਈ ਤਾਂ ਕਿ ਉਹ ਜਾ ਕੇ ਉਹਨੂੰ ਸੁਣਨ, ਉਹਦਾ ਪਰਿਵਾਰ ਵੀ ਸੁਣੇ ਅਤੇ ਅੱਗੇ ਗਾਂਹ ਤੱਕ ਜਿਹੜੀ ਗੱਲ ਹੈ ਉਹ ਪਹੁੰਚ ਸਕੇ। ਸੋ ਮੈਂ ਵੀਰ ਬਸ਼ੱਕਰ ਸਿੰਘ ਜੀ ਦੇ ਕੋਲ ਜਾਣਨਾ ਚਾਹਾਂਗਾ ਕਿ ਜਦੋਂ ਇਹ ਕੈਂਪ ਆਪਾਂ ਆਯੋਜਿਤ ਕਰਦੇ ਹਾਂ ਕਿਸੇ ਤਰ੍ਹਾਂ ਦਾ ਕਿਸੇ ਪਾਸਿਓਂ ਸਾਨੂੰ ਜਿਹੜਾ ਵਿਰੋਧ ਆ ਉਹ ਵੀ ਦੇਖਣ ਵਿੱਚ ਆਉਂਦਾ? ਵਿਰੋਧ ਜੀ ਦੋ ਤਰ੍ਹਾਂ ਦਾ, ਇੱਕ ਤਾਂ ਪਿੰਡਾਂ ਵਿੱਚ ਸਾਨੂੰ ਗੁਰਦੁਆਰੇ ਦੀਆਂ ਕਮੇਟੀਆਂ ਵੱਲੋਂ ਕਈ ਵਾਰ ਵਿਰੋਧ ਨਜ਼ਰ ਆਉਂਦਾ ਵੀ ਜਿਵੇਂ ਇਹ ਲੋਕ ਗੁਰਮਤ ਦੀ ਵਿਚਾਰ ਦੇ ਨਾਲ ਨਾਲ ਕਿਤੇ ਗੁਰਦੁਆਰੇ ਦੇ ਥਾਂ ਤੇ ਕਬਜ਼ਾ ਕਰਨ ਤੇ ਨਹੀਂ ਆ ਗਏ।
ਦੂਸਰਾ ਵਿਰੋਧ ਕਈਆਂ ਥਾਵਾਂ ਤੇ ਇਹ ਵੀ ਹੈ ਕਿ ਜਿਹੜੇ ਲੋਕ ਸਾਡੇ ਗੁਰਮਤ ਵਿਚਾਰਧਾਰਾ ਨਾਲੋਂ ਟੁੱਟੇ ਹੋਏ ਨੇ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸੰਪਰਦਾਇ ਵਿਚਾਰ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇੰਝ ਲੱਗਦਾ ਕਿ ਜਿਵੇਂ ਇਹ ਚਾਰ ਦਿਨ ਬੱਚਿਆਂ ਵਿੱਚ ਰਹਿ ਕੇ ਗੁਰਬਾਣੀ ਦੀ ਗੱਲ ਸਮਝਾ ਦੇਣਗੇ, ਗੁਰਬਾਣੀ ਦੀ ਗੱਲ ਨਾਲ ਜੋੜ ਜਾਣਗੇ, ਤੇ ਜਿਹੜੀ ਅਸੀਂ ਸੰਪਰਦਾਇ ਬੋਝ ਇਹਨਾਂ ਦੇ ਵਿਚਾਰ ਪਾਈ ਹੋਈ ਹੈ ਉਹਦਾ ਕੀ ਬਣੇਗਾ? ਠੀਕ ਹੈ, ਉਹ ਸੰਪਰਦਾਇ ਵਿਚਾਰ ਥੱਲੇ ਦੱਬੇ ਲੋਕ ਵੀ ਕਈ ਵਾਰ ਵਿਰੋਧ ਕਰਦੇ ਨੇ, ਪਰ ਉਹ ਵਿਰੋਧ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ। ਜਦੋਂ ਸਾਡੇ ਵੀਰ ਪਿੰਡਾਂ ਵਿੱਚ ਜਾਂਦੇ ਨੇ ਉਹ ਬੱਚਿਆਂ ਨੂੰ ਗੁਰਮਤਿ ਦੀ ਗੱਲ ਸਮਝਾਉਂਦੇ ਨੇ, ਬਾਣੀ ਦੇ ਨਾਲ ਜੋੜ ਦਿੰਦੇ ਨੇ ਕਈਆਂ ਥਾਵਾਂ 'ਤੇ। ਪਿਛਲੇ ਦਿਨ ਇੱਕ ਹਰਿਆਣੇ ਦੇ ਏਰੀਏ 'ਚ ਅਸੀਂ ਕੈਂਪ ਲਾਇਆ ਸੀ, ਉੱਥੇ ਬੜੀ ਪਿਆਰੀ ਗੱਲ ਉਹ ਬੱਚੇ ਨੇ ਦੱਸੀ ਕਿ ਪਿਛਲੀ ਵਾਰ ਮੈਂ ਕੈਂਪ ਵਿੱਚ ਆਇਆ ਸੀ ਵੀਰ ਜੀ, ਅਤੇ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਕਿ ਕੋਈ ਵਹਿਮ ਭਰਮ ਨਹੀਂ ਕਰਨਾ ਚਾਹੀਦਾ, ਧਾਗੇ ਤਵੀਤ ਬੰਨਣ ਨਾਲ ਕੁਛ ਨਹੀਂ ਹੁੰਦਾ। ਕਹਿੰਦਾ ਮੈਂ ਘਰ ਜਾ ਕੇ ਆਪਣੇ ਬ੍ਰਦਰ ਨੂੰ ਕਿਹਾ ਵੀ ਤੁਸੀਂ ਧਾਗੇ ਤਵੀਤ ਨਾ ਬੰਨੋ, ਪਰ ਉਹ ਕਹਿੰਦਾ ਤੂੰ ਤਿੰਨਾਂ ਦਿਨਾਂ 'ਚ ਜਾ ਕੇ ਕੋਈ ਨਵੀਂ ਗੁਰਮਤ ਸਿੱਖ ਆਇਆ, ਇਹਦੇ ਨਾਲ ਕੋਈ ਫਰਕ ਨਹੀਂ ਹੈ, ਤਾਂ ਪੁਰਾਣੇ ਬਜ਼ੁਰਗਾਂ ਤੋਂ ਵੱਡਿਆਂ ਵੇੜਿਆਂ ਤੋਂ ਬੰਨਿਆ ਹੁੰਦਾ ਸੀ। ਕਹਿੰਦਾ ਮੈਂ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੇਰੇ ਕੋਲ ਪੂਰੀ ਸਮਝ ਨਾ ਆਉਣ ਕਰਕੇ ਮੈਂ ਸਮਝਾ ਤਾਂ ਨਹੀਂ ਪਾਇਆ, ਪਰ ਉਹਨੂੰ ਇੱਕ ਗੱਲ ਕਹੀ ਵੀ ਹੁਣ ਮੇਰੇ ਕੋਲ ਸਾਧਨ ਤਾਂ ਬਹੁਤੇ ਨਹੀਂ, ਅਗਲੀ ਵਾਰ ਜਦੋਂ ਕੈਂਪ ਲੱਗੇਗਾ ਤਾਂ ਮੈਂ ਤੈਨੂੰ ਉਸ ਕੈਂਪ ਵਿੱਚ ਲੈ ਕੇ ਜਾਊਂਗਾ ਉਹਨਾਂ ਵੀਰਾਂ ਕੋਲ। ਉਹ ਵੀਰ ਨੂੰ ਨਾਲ ਲੈ ਕੇ ਆਇਆ, ਵੀਰ ਜੀ ਇਹਨਾਂ ਨਾਲ ਗੱਲਬਾਤ ਕਰੋ, ਇਹ ਜੇ ਕਹਿੰਦੇ ਨੇ ਵੀ ਜ਼ਰੂਰੀ ਹੁੰਦਾ ਤਾਂ ਗੱਲ ਵੀ ਬਣਨਾ। ਜਦੋਂ ਅਸੀਂ ਉਹਦੇ ਨਾਲ ਵਿਚਾਰ ਕੀਤੀ ਤਾਂ ਉਹ ਫਿਰ ਉਹਨੇ ਇਹ ਗੱਲ ਦੱਸੀ, ਕਹਿੰਦਾ ਵੀ ਤੁਸੀਂ ਮਨਾ ਕਰ ਗਏ ਪਰ ਜਿਹੜਾ ਸਾਡੇ ਪਿੰਡ ਵਿੱਚ ਹੀ ਪੁਰਾਣੇ ਸਮੇਂ ਤੋਂ ਪੁਰਾਣੇ ਬਜ਼ੁਰਗ ਜਿਹੜੇ ਧਾਰਮਿਕ ਸੰਪਰਦਾਇ ਵਿਚਾਰ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਵੀ ਨਹੀਂ ਇਹਨਾਂ ਨਾਲ ਹੁੰਦਾ ਆ ਜੀ, ਇਹਨਾਂ ਨਾਲ ਡਰ ਤੋਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਖੁਲਾਸਾ ਮਿਲਦਾ। ਇਹ ਤਾਂ ਗੁਰਜਨ ਸਿੰਘ ਜੀ ਛੋਟਾ ਮੋਟਾ ਰੋਹ ਜਿਹੜਾ ਆ ਨਾ ਉਹ ਤਾਂ ਤਕਰੀਬਨ ਕੁਝ ਕੁ ਥਾਵਾਂ ਦੇ ਉੱਤੇ ਕਾਇਮ ਰਹਿੰਦਾ ਹੀ ਆ, ਕਿਉਂਕਿ ਖੜੋਤ ਨੂੰ ਲੰਬਾ ਸਮਾਂ ਬੀਤ ਗਿਆ ਔਰ ਤਕਰੀਬਨ ਪੂਰੇ ਪੰਜਾਬ ਵਿੱਚ ਸਿੱਖੀ ਦੇ ਉੱਤੇ ਜਿਹੜਾ ਆ ਉਹ ਡੇਰਾਵਾਦ ਪੂਰੀ ਤਰ੍ਹਾਂ ਭਰ ਹੁੰਦਾ, ਅੰਧ ਵਿਸ਼ਵਾਸ ਜਿਹੜਾ ਆ ਉਹਨੇ ਪੂਰੀਆਂ ਜੜ੍ਹਾਂ ਜਿਹੜੀਆਂ ਡੂੰਘੀਆਂ ਲਾਈਆਂ ਹੋਈਆਂ ਨੇ। ਵਿਰੋਧ ਬਹੁਤੇ ਆਮ ਪਿੰਡਾਂ ਵਿੱਚੋਂ ਨਹੀਂ ਗਾ, ਸਗੋਂ ਜੇ ਕੁਝ ਕੁ ਥਾਵਾਂ 'ਤੇ ਹੈ ਤੇ ਜਿਵੇਂ ਨਛੱਤਰ ਸਿੰਘ ਹੋਰਾਂ ਦੱਸਿਆ ਕਿ ਸੰਪਰਦਾਇ ਵਿਰੋਧ ਕਰਨ ਵਾਲੇ ਬਹੁਤੇ ਗ੍ਰੰਥੀ ਨੇ, ਜਿੱਥੇ ਕਿਤੇ ਵੀ ਹੈਗਾ ਉਹ ਗ੍ਰੰਥੀ ਨੇ। ਫਿਰ ਵਿਰੋਧ ਹੋਰ ਕੋਈ ਖਾਸ ਸਾਹਮਣੇ ਆ ਕੇ ਨਹੀਂ ਹੋ ਸਕਦਾ, ਫਿਰ ਇੰਨਾ ਕੀ ਵਿਰੋਧ ਹੈ ਵੀ ਅਸੀਂ ਇਹਨਾਂ ਨੂੰ ਗੁਰਦੁਆਰੇ ਰੋਟੀ ਨਹੀਂ ਦੇ ਸਕਦੇ, ਇਹਨਾਂ ਨੂੰ ਰਹਿਸ਼ ਨਹੀਂ ਦੇ ਸਕਦੇ, ਤਾਂ ਉਹ ਰਹਿਸ਼ ਜਾਂ ਰੋਟੀ ਦੀ ਇਹ ਛੋਟੀ ਜਿਹੀ ਮੁਸ਼ਕਲ ਨੂੰ ਸਾਹਮਣੇ ਰੱਖ ਕੇ ਕਦੀ ਅਸੀਂ ਪਰਵਾਹ ਹੀ ਨਹੀਂ ਕੀਤੀ। ਜੇ ਕੋਈ ਸਵਾਲ ਜਵਾਬ ਦਾ ਮਸਲਾ ਕਿਤੇ ਮਾੜਾ ਮੋਟਾ ਕਿਤੇ ਕਿਤੇ ਬਣ ਜਾਏ ਤੇ ਉਹਦੇ ਲਈ ਅਸੀਂ ਪੂਰੇ ਤਿਆਰ ਹੋ ਕੇ ਜਾਂਦੇ ਹਾਂ, ਕਿਸੇ ਪ੍ਰਕਾਰ ਦੀ ਇਸ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਵਿਰੋਧ ਦਾ ਸਾਹਮਣਾ ਕਰਨ ਲਈ ਅਸੀਂ ਤਕਰੀਬਨ ਤਿਆਰ ਹੋ ਕੇ ਜਾਂਦੇ ਹਾਂ। ਵਿਰੋਧ ਮਾੜਾ ਮੋਟਾ ਹੁੰਦਾ ਰਹਿਣਾ, ਮੇਰਾ ਖਿਆਲ ਸਾਨੂੰ ਇਹਦੀ ਗੱਲ ਦੀ ਪਰਵਾਹ ਵੀ ਨਹੀਂ ਕਰਨੀ ਚਾਹੀਦੀ, ਮਾੜਾ ਮੋਟਾ ਹੁੰਦਾ ਹੀ ਹੈ। ਬਾਕੀ ਰਹੀ ਗੱਲ ਕਿ ਥੋੜ੍ਹਾ ਜਿਹਾ ਮੈਂ ਉਹਨਾਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਜਿਹੜੇ ਇਸ ਪਾਸੇ ਥੋੜ੍ਹਾ ਬਹੁਤਾ ਉਤਸ਼ਾਹ ਰੱਖਦੇ ਆ ਜਾਂ ਕੋਈ ਇਹਦੇ 'ਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਬਥੇਰਾ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਸੱਭਿਆਚਾਰਕ ਗੰਦੇ ਮੇਲੇ ਲਵਾਉਣੇ, ਗਾਉਣ ਵਾਲੀਆਂ ਜਿਹੜੀਆਂ ਉਹ ਨਚਾਉਣੀਆਂ ਤੇ ਹੋਰ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਜਿਹੜੇ ਆ ਢੋਲ ਢਮੱਕੇ ਤੇ ਛਾਲਾਂ ਮਾਰਦੇ ਪੈਸੇ ਦੀ ਬਰਬਾਦੀ, ਪੈਸੇ ਦੀ ਬਰਬਾਦੀ ਹੈ, ਸੱਭਿਆਚਾਰ ਦੀ ਬਰਬਾਦੀ ਹੈ, ਧਨ ਦੇ ਨਾਲ ਅਨਿਆਂ ਹੋ ਰਿਹਾ ਆ ਔਰ ਜਿੰਨਾ ਕੁਝ ਵੀ ਅਸੀਂ ਕਹਿ ਲਈਏ ਕਿ ਇਹ ਥੋੜ੍ਹਾ ਆ। ਮੈਂ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਥੋੜ੍ਹਾ ਬਹੁਤਾ ਸਾਨੂੰ ਯੋਗਦਾਨ ਇਸ ਪਾਸੇ ਪਾਉਣਾ ਚਾਹੀਦਾ ਤਾਂ ਕਿ ਇਨਸਾਨੀਅਤ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹਨਾਂ ਦੇ ਉੱਤੇ ਅਸੀਂ ਕਾਇਮ ਰਹਿ ਸਕੀਏ। ਥੋੜ੍ਹਾ ਬਹੁਤਾ ਮਾਂ ਬਾਪ ਦੀ ਇੱਜ਼ਤ, ਸਾਡੇ ਬਜ਼ੁਰਗਾਂ ਦੇ ਪੁਰਾਣੇ ਜਿਹੜੇ ਪਾਏ ਹੋਏ ਬਹਾਦਰੀ ਦੇ ਪੂਰਨੇ ਆ, ਥੋੜ੍ਹਾ ਬਹੁਤਾ ਉਹਨਾਂ ਨੂੰ ਅਸੀਂ ਦੁਨੀਆਂ ਦੇ ਸਾਹਮਣੇ ਸੰਭਾਲ ਕੇ ਰੱਖ ਸਕੀਏ
ਤੇ ਨਾਲ ਨਾਲ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿਤੇ ਉਹ ਸਾਡੇ ਕੋਲੋਂ ਵਿਸਰਦੀ ਵਿਸਰਦੀ ਵਿਸਰੀ ਨਾ ਜਾਏ, ਉਹਦਾ ਅਸੀਂ ਦੀਵਾ ਜਗਦਾ ਰੱਖਣਾ ਜਿਹੜਾ ਹੈ ਉਹ ਸਾਡੇ ਲਈ ਅਤਿ ਜ਼ਰੂਰੀ ਹੈ। ਉਹ ਸਾਨੂੰ ਸਾਰਿਆਂ ਨੂੰ ਬਣਦਾ ਬਣਦਾ ਆਪੋ ਆਪਣਾ ਯੋਗਦਾਨ ਪਾ ਕੇ ਤੇ ਇਸ ਸਿੱਖੀ ਦੇ ਦੀਵੇ ਨੂੰ ਜਗਦਾ ਰੱਖਣ ਲਈ ਆਪੋ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਇਸ ਪਾਸੇ ਪ੍ਰੇਰਿਤ ਕਰਕੇ ਤੇ ਜ਼ਰੂਰ ਤੋਰਨਾ ਚਾਹੀਦਾ ਤਾਂ ਕਿ ਅਸੀਂ ਥੋੜ੍ਹਾ ਬਹੁਤਾ ਹੀ ਆਪੋ ਆਪਣਾ ਯੋਗਦਾਨ ਪਾ ਕੇ ਤੇ ਜੋ ਸਿੱਖੀ ਦਾ ਨਿਸ਼ਾਨ ਹੈ ਉਸ ਨੂੰ ਉੱਚਾ ਤੇ ਸੁੱਚਾ ਇਸੇ ਤਰ੍ਹਾਂ ਹੀ ਦੁਨੀਆਂ ਦੇ ਸਾਹਮਣੇ ਰੱਖ ਸਕੀਏ। ਸੋ ਵੀਰ ਜੀ ਹੋਣਾ ਨੇ ਜਿਵੇਂ ਆਪ ਸਭ ਨੂੰ ਬੇਨਤੀ ਕੀਤੀ ਹੈ, ਅਪੀਲ ਕੀਤੀ ਹੈ ਕਿ ਜਿੱਥੇ ਗੁਰੂ ਗਿਆਨ ਮਿਸ਼ਰੀ ਕਾਲਜ ਵੱਲੋਂ ਇਹ ਯਤਨ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਕੈਂਪਾਂ ਦੇ ਵਿੱਚ ਭਾਵੇਂ ਕਿ ਬਹੁਤ ਲੰਬਾ ਸਮਾਂ ਨਹੀਂ ਹੁੰਦਾ ਪਰ ਇੱਕ ਹੁਲਾਰਾ ਹੁੰਦਾ ਹੈ ਕਿ ਜਿਵੇਂ ਇੱਕ ਬੁਝਿਆ ਹੋਇਆ ਦੀਪਕ ਹੈ ਉਹਦੇ ਲਾਗੇ ਇੱਕ ਰੋਸ਼ਨੀ ਕਰਕੇ ਉਹਨੂੰ ਜਗਾ ਦਿੱਤਾ ਜਾਵੇ ਤੇ ਹੋਰ ਕਈਆਂ ਨੂੰ ਰੋਸ਼ਨਾ ਦਿੰਦਾ। ਸੋ ਇੱਕ ਹੁਲਾਰਾ ਦਿੱਤਾ ਜਾਂਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਦੇ ਮਨ ਅੰਦਰੇ ਚਾਹ ਪੈਦਾ ਹੋ ਜਾਵੇ ਬੱਚਿਆਂ ਦੇ ਤਾਂ ਉਹ ਇਸ ਧਰਮ ਦੇ ਰਸਤੇ ਤੇ ਚੱਲ ਪੈਣ। ਤਾਂ ਇਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਜਿੰਨੇ ਦਿਨ ਦਾ ਕੈਂਪ ਹੁੰਦਾ ਹੈ ਉਹਦੇ ਵਿੱਚ ਗੁਰਬਾਣੀ, ਇਤਿਹਾਸ, ਥੋੜ੍ਹੀ ਜਿਹੀ ਫਿਲਾਸਫੀ ਅਤੇ ਇਸੇ ਤਰ੍ਹਾਂ ਜਿਹੜੇ ਵਹਿਮ ਭਰਮ ਭੁਲੇਖੇ ਪਖੰਡ ਨੇ ਜਾਂ ਸ਼ਖਸੀਅਤ ਵਿਕਾਸ ਹੈ ਜਿਹੜੀ ਇਹਦੇ ਬਾਰੇ ਬੱਚਿਆਂ ਨੂੰ, ਨੌਜਵਾਨਾਂ ਨੂੰ ਤੇ ਆਮ ਸੰਗਤ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹਰੇਕ ਬੱਚਾ ਜਿਹੜਾ ਵੀ ਉਸ ਕੈਂਪ ਦੇ ਵਿੱਚ ਆਉਂਦਾ ਹੈ ਜਾਂ ਛੋਟਾ ਹੈ ਵੱਡਾ ਜਾਂ ਬਜ਼ੁਰਗ ਨੇ ਉਹ ਸਾਰੇ ਆਣ ਕੇ ਬਹੁਤ ਕੁਝ ਸਿੱਖਦੇ ਨੇ, ਖੁਸ਼ੀ ਮਹਿਸੂਸ ਕਰਦੇ ਨੇ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਜਿਹੜਾ ਆਪਣੇ ਆਏ ਹੋਏ ਰਿਸ਼ਤੇਦਾਰਾਂ ਦੇ ਸਾਹਮਣੇ ਕਈ ਵਾਰ ਜਾਣ ਦੇ ਵਿੱਚ ਸੰਗ ਮਹਿਸੂਸ ਕਰਦਾ, ਉਹਨਾਂ ਨੂੰ ਜਾ ਕੇ ਫਤਿਹ ਵੀ ਨਹੀਂ ਬੁਲਾਉਂਦਾ, ਸਤਿ ਸ੍ਰੀ ਅਕਾਲ ਵੀ ਨਹੀਂ ਕਹਿ ਸਕਦਾ। ਜਦੋਂ ਉਹ ਬੱਚਾ ਲਗਾਤਾਰ ਤਿੰਨ ਚਾਰ ਦਿਨ ਇੱਥੇ ਪੜ੍ਹਾਈ ਕਰਦਾ ਤੇ ਅਖੀਰਲੇ ਦਿਨ ਜਦੋਂ ਸਮਾਪਤੀ ਹੁੰਦੀ ਹੈ, ਗੁਰਮਤਿ ਸਮਾਗਮ ਹੁੰਦਾ ਤੇ ਉਹੀ ਬੱਚੇ ਗੱਜ ਵੱਜ ਕੇ ਜਕਾਰੇ ਬੁਲਾਉਂਦੇ ਨੇ, ਫਤਿਹ ਬੁਲਾਉਂਦੇ ਨੇ। ਬਹੁਤ ਸੋਹਣੀਆਂ ਜਿਹੜੀਆਂ ਕਵਿਤਾਵਾਂ ਨੇ ਤੇ ਗੁਰਬਾਣੀ ਦੇ ਸ਼ਬਦ ਉਹਨਾਂ ਵੱਲੋਂ ਪੜ੍ਹੇ ਜਾਂਦੇ ਨੇ। ਸਾਚੀ ਹੈ ਜੀ, ਜਿਹੜੇ ਬੱਚਿਆਂ ਨੂੰ ਘਰ ਚੋਂ ਮਾਪੇ ਵੀ ਕਿਤੇ ਉਤਸ਼ਾਹ ਦੇ ਰਹੇ ਨੇ ਇਹੋ ਜਿਹੇ ਬੱਚਿਆਂ ਨੂੰ, ਹਾਂਜੀ, ਉਹ ਬੱਚੇ ਅੱਜ ਜਿਹੜੇ ਆ ਉਹ ਸੱਚੀ ਗੁਰਮਤਿ ਦੇ ਚੰਗੇ ਪਹਿਰੇਦਾਰ ਦਿਖਾਈ ਦੇ ਰਹੇ ਆ, ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ। ਔਰ ਚਾਹੀਦਾ ਹੈ ਕਿ ਮਾਪੇ, ਬਜ਼ੁਰਗ, ਵੱਡੇ ਭੈਣ ਭਾਈ ਉਹ ਬੱਚਿਆਂ ਨੂੰ ਆਪ ਵੀ ਉਤਸ਼ਾਹ ਦਿੰਦੇ ਰਹਿਣ। ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧ ਆ ਉਹ ਜਿਸ ਤਰ੍ਹਾਂ ਦੇ ਵੀ ਹੈਗੇ ਆ, ਜੇ ਕੋਸ਼ਿਸ਼ ਹੋ ਸਕੇ ਤਾਂ ਸਾਨੂੰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਬੱਚਿਆਂ ਨੌਜਵਾਨਾਂ ਨੂੰ ਸੰਭਾਲਣ ਲਈ ਥੋੜ੍ਹਾ ਬਹੁਤਾ ਮੋੜਨਾ ਚਾਹੀਦਾ। ਗੁਰਦੁਆਰੇ ਸਿੱਖੀ ਦੇ ਸੋਮੇ ਆ, ਸਾਨੂੰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ। ਪਰ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਆ ਉਹ ਸਾਡੇ ਲੋਕਾਂ ਨੇ ਸਿਰਫ ਧਰਮ ਇਹੋ ਹੀ ਸਮਝ ਲਿਆ ਕਿ ਕੜਾਹ ਪ੍ਰਸ਼ਾਦ ਖਾ ਲਿਆ, ਲੰਗਰ ਲਾ ਲਿਆ, ਮੱਸਿਆ ਪੁੰਨਿਆਂ ਦੇ ਉੱਤੇ ਮਾੜਾ ਮੋਟਾ ਮੱਥਾ ਟੇਕ ਲਿਆ, ਆਤਿਸ਼ਬਾਜ਼ੀ ਚਲਾ ਲਈ, ਇਹਦੇ ਤੇ ਖਰਚਾ ਕੱਢ ਲਿਆ ਤੇ ਫਿਰ ਨਗਰ ਕੀਰਤਨ। ਮੈਂ ਨਹੀਂ ਕਹਿੰਦਾ ਵੀ ਨਗਰ ਕੀਰਤਨ ਨਹੀਂ ਕੱਢਣਾ ਚਾਹੀਦਾ, ਪਰ ਕੱਢੋ। ਪਰ ਨਗਰ ਕੀਰਤਨ ਤੇ ਜੋ ਹਾਲ ਅਸੀਂ ਸਾਡੇ ਸਕੂਲ ਦੇ ਬੱਚਿਆਂ ਦਾ ਕਰਦੇ ਹਾਂ, ਮੇਰਾ ਖਿਆਲ ਹੈ ਕਿ ਇੱਕ ਬੱਚਿਆਂ ਨੂੰ ਧਰਮ ਤੋਂ ਬਾਗੀ ਕਰਨ ਦੇ ਵਿੱਚ ਉਹ ਵੀ ਇੱਕ ਬੜਾ ਵੱਡਾ ਰੋਲ ਹੈ। ਵੱਡਾ ਸਾਰਾ ਢੋਲ ਉਹਦੇ ਗਲ 'ਚ ਨਿਆਣੇ ਨੇ ਪਾਇਆ, ਹੁਣ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿਹੜਾ ਨਿਆਣਾ ਢੋਲ ਕੁੱਟੂਗਾ ਉਹ ਅਗਲੀ ਵਾਰੀ ਇਹ ਆਸ ਰੱਖੂਗਾ ਵੀ ਗੁਰਪੁਰਬ ਇਸ ਤਰ੍ਹਾਂ ਦਾ ਆਵੇ। ਵੈਸੇ ਭੱਜ ਜਾਂਦੇ ਨੇ। ਔਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਅਸੀਂ ਧਰਮ ਕੇਵਲ ਬਣਾ ਲਿਆ ਹੋਇਆ ਨਾ ਕਿ ਇਹੋ ਹੀ ਧਰਮ ਹੈ, ਇਸ ਤੋਂ ਅੱਗੇ ਤੁਰਨ ਦੀ ਲੋੜ ਨਹੀਂ, ਉੱਥੇ ਅਸੀਂ ਨੁਕਸਾਨ ਜਿਹੜਾ ਆ ਉਹ ਵੀ ਸਾਹਮਣੇ ਵੇਖ ਰਹੇ ਹਾਂ ਕਿ ਜਦੋਂ ਧਰਮ ਕੇਵਲ ਕਰਮ ਕਾਂਡ ਦੇ ਵਿਖਾਵੇ ਜੋਗਾ ਹੀ ਅਸੀਂ ਰੱਖਿਆ ਹੋਇਆ ਵਾ ਤਾਂ ਰਸਮਾਂ ਜੋਗਾ ਹੀ ਰੱਖ ਲਿਆ ਤਾਂ ਉਹਦੇ 'ਚ ਇਹ ਸਪਸ਼ਟ ਹੈ ਕਿ ਨਸ਼ਾ ਆ ਗਿਆ, ਗੰਦਾ ਸੱਭਿਆਚਾਰ ਆ ਗਿਆ, ਕਬਰਾਂ ਆ ਗਈਆਂ, ਕਿੰਨਾ ਕੁਝ ਹੋਰ ਸਾਡੇ ਸਮਾਜ ਦੇ ਵਿੱਚ ਜਿਹੜਾ ਲਗਾਤਾਰ ਘਰ ਕਰ ਗਿਆ। ਤੋ ਜੇ ਅਸੀਂ ਕਦਰਾਂ ਕੀਮਤਾਂ ਗੁਰੂ ਸਾਹਿਬ ਨੇ ਜੋ ਸਾਨੂੰ ਗੁਰਬਾਣੀ ਦੇ ਰਾਹੀਂ ਬਖਸ਼ੀਆਂ ਜੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਤਾਂ ਮੇਰਾ ਖਿਆਲ ਹੈ ਕਿ ਸਾਡਾ ਸਮਾਜ ਉੱਥੇ ਹੀ ਵਾਪਸ ਮੁੜ ਸਕਦਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਬੀਰ ਜੀ ਦੇ ਬੋਲ ਸੀ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਹੈ ਉਡਾਨੀ ਭਰਮ ਕੀ ਟਾਟੀ, ਰਹਿ ਨਾ
ਮਾਇਆ ਬਣਦੀ। ਸੋ ਮੈਂ ਅਖੀਰ ਤੇ ਇੱਕ ਵਾਰ ਫਿਰ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਬੱਚੇ ਤੇ ਨੌਜਵਾਨ ਨੇ, ਇਹ ਸਾਡੀ ਪਨੀਰੀ ਹੈ ਤੇ ਪਨੀਰੀ ਦੀ ਸੰਭਾਲ ਸਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਕਰਨੀ ਪਵੇਗੀ, ਕਿਉਂਕਿ ਇਹ ਸਾਡਾ ਕੌਮ ਦਾ ਭਵਿੱਖ ਹੈ ਤੇ ਇਹਦੇ ਲਈ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਬੈਠੇ ਹੋਏ ਜਿਹੜੇ ਵੀਰ ਭਾਈ ਹਨ ਉਹਨਾਂ ਨੂੰ ਵੀ ਬੇਨਤੀ ਹੈ ਅਤੇ ਇੱਥੇ ਪੰਜਾਬ ਵਿੱਚ, ਪੰਜਾਬ ਤੋਂ ਬਾਹਰ ਜਾ ਕੇ ਵੀ ਕੈਂਪ ਲਗਾਏ ਜਾਂਦੇ ਨੇ, ਪਰ ਉਹਦੇ ਵਿੱਚ ਸਾਡਾ ਜਿਹੜਾ ਆਉਣ ਜਾਣ ਦੇ ਵਿੱਚ ਬਹੁਤ ਸਾਰਾ ਸਮਾਂ ਜਿਹੜਾ ਉਹ ਕਈ ਵਾਰ ਵਾਧੂ ਚੱਲਿਆ ਜਾਂਦਾ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਪੰਜਾਬ ਵਿੱਚ ਲਾਗੇ ਲਾਗੇ ਹੋਰ ਬਹੁਤ ਸਾਰੇ ਪਿੰਡ ਜਿਹੜੇ ਉਹ ਕਵਰ ਕਰ ਸਕਦੇ ਹਾਂ। ਸਾਡੀਆਂ 4-5 ਟੀਮਾਂ ਬਣੀਆਂ ਹੁੰਦੀਆਂ ਨੇ ਜਿਹਦੇ ਵਿੱਚ 8 ਤੋਂ ਲੈ ਕੇ 10 ਮੈਂਬਰ ਹੁੰਦੇ ਨੇ, ਜਾਂ ਜਿੱਥੇ ਜ਼ਰੂਰਤ ਸਾਨੂੰ ਲੱਗੇ ਕਿ ਉੱਥੇ ਜ਼ਿਆਦਾ ਬੱਚੇ ਨੇ ਉੱਥੇ ਟੀਮ ਵੱਡੀ ਜਾਂ ਛੋਟੀ ਵੀ ਕੀਤੀ ਜਾਂਦੀ ਹੈ, ਉੱਥੇ ਲਗਾਤਾਰ ਰਹਿੰਦੇ ਨੇ ਅਤੇ ਕੇਵਲ ਅਤੇ ਕੇਵਲ ਪ੍ਰਬੰਧਕ ਕਮੇਟੀਆਂ ਨੇ ਜਾਂ ਪ੍ਰਬੰਧਕਾਂ ਨੇ, ਪੰਚਾਇਤ ਨੇ ਜਾਂ ਸਕੂਲ ਕਾਲਜ ਨੇ, ਗੁਰਦੁਆਰਾ ਸਾਹਿਬ ਦੀ ਕਮੇਟੀ ਨੇ, ਸਿਰਫ ਇਹਨਾਂ ਨੂੰ ਪ੍ਰਬੰਧ ਕਰਨ ਹੁੰਦਾ ਇੱਕ ਰਹਿਸ਼ ਦਾ ਅਤੇ ਇੱਕ ਲੰਗਰ ਦਾ, ਇਸ ਤੋਂ ਵੱਧ ਕੇ ਹੋਰ ਕੋਈ ਨਹੀਂ। ਅਸੀਂ ਤੁਹਾਡੇ ਕੋਲ ਕੋਈ ਮਾਇਆ ਨਹੀਂ ਮੰਗ ਰਹੇ, ਅਸੀਂ ਤੁਹਾਡੇ ਕੋਲ ਕੇਵਲ ਅਤੇ ਕੇਵਲ ਇੱਕ ਸਾਥ ਚਾਹੁੰਦੇ ਹਾਂ ਕਿ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਤੋਂ ਵਾਕਫ ਕਰਾ ਕੇ ਇਸ ਸਿੱਖੀ ਦੇ ਮਾਰਗ 'ਤੇ ਤੋਰ ਸਕੀਏ। ਅਤੇ ਜਿਵੇਂ ਵੀਰ ਜੀ ਹੋਣਾ ਨੇ ਕਿਹਾ, ਦੇਖੋ ਭਾਈ ਗਿਆਨ ਕੀ ਆਈ ਹਾਂਜੀ, ਹਰ ਥਾਂ 'ਤੇ ਇਹ ਜਿਹੜਾ ਵਹਿਮ ਭਰਮ ਭੁਲੇਖਾ ਪਿਆ ਹੋਇਆ ਹੈ ਕਿ ਜੇ ਇਹ ਗਿਆਨ ਦੀ ਹਨੇਰੀ ਆ ਜਾਏਗੀ ਅਤੇ ਤਾਂ ਹੀ ਇਹ ਪਤਕੁਣਾ ਦੂਰ ਹੋਏਗਾ, ਸਾਡਾ ਜਿਹੜਾ ਸਮਾਜ ਹੈ ਉਹ ਸੋਹਣਾ ਸਿਰਜਿਆ ਜਾ ਸਕਦਾ ਹੈ। ਵਰਨਾ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਇਹ ਵਾਕ ਹੈ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ। ਸੋ ਸਮਝ ਵਾਸਤੇ ਜ਼ਰੂਰੀ ਹੈ ਕਿ ਅਸੀਂ ਯਤਨ ਉਪਰਾਲਾ ਕਰੀਏ। ਜਿਵੇਂ ਬੱਚੇ ਨੂੰ ਅਸੀਂ ਸਕੂਲ ਵਿੱਚ ਪਾਉਂਦੇ ਹਾਂ, ਚੰਗਾ ਹੀ ਵਰਦੀ ਰੱਖਦੇ ਹਾਂ, ਟਿਊਸ਼ਨ ਦਾ ਪ੍ਰਬੰਧ ਕਰਦੇ ਹਾਂ, ਉੱਥੇ ਨਾਲ ਦੀ ਨਾਲ ਚੰਗਾ ਸਿੱਖ ਬਣਾਉਣ ਵਾਸਤੇ ਗੁਰਬਾਣੀ ਦੇ ਵਾਸਤੇ ਵੀ ਸਾਨੂੰ ਸਮਾਂ ਦੇਣਾ ਜ਼ਰੂਰੀ ਬਣਦਾ ਹੈ। ਸੋ ਅਖੀਰ 'ਤੇ ਬੇਨਤੀ ਹੈ ਕਿ ਜੇ ਕੋਈ ਮਾਈ ਭਾਈ ਆਪਣੇ ਇਲਾਕੇ ਵਿੱਚ ਇਸ ਤਰ੍ਹਾਂ ਦਾ ਕੈਂਪ ਆਯੋਜਿਤ ਕਰਨਾ ਚਾਹੁੰਦਾ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਕਾਲਜ ਦੀ ਜਿਹੜੀ ਵੈਬਸਾਈਟ ਹੈ gurmatgyan.com, ਉਹਦੇ ਉੱਤੇ ਜਾ ਸਕਦਾ ਹੈ, ਜਾਂ gurmatgyan@redmail.com, ਉਹਦੇ ਉੱਤੇ ਈਮੇਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਦੋ ਨੰਬਰ ਨੇ, ਜਿਵੇਂ 98555 98855 50 51 ਲਾ ਕੇ ਇਸ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਅਖੀਰ 'ਤੇ ਬੇਨਤੀ ਹੈ, ਇਹ ਸਾਨੂੰ ਅਗਾਉਂ ਸੂਚਨਾ ਦਿਓ ਤੋਂ ਕਿ ਅਸੀਂ ਦੌੜੀ ਦੇ ਜਿਹੜੇ ਪ੍ਰਬੰਧ ਹੈ ਉਹ ਕਰ ਸਕੀਏ ਅਤੇ ਸੁਚੱਜੇ ਰੂਪ ਵਿੱਚ ਇਹ ਜਿਹੜੇ ਕੈਂਪ ਨੇ ਆਯੋਜਿਤ ਕੀਤੇ ਜਾ ਸਕਣ। ਸਭਨਾਂ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।